ਸ਼੍ਰੀਕਾਲ ਜੀ, ਇਮੀਗ੍ਰੇਸ਼ਨ ਅਪਡੇਟਸ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਦੇਸ਼ ਤੋਂ ਪ੍ਰਦੇਸ਼ ਤੱਕ ਦੇ ਸਫ਼ਰ ਬਾਰੇ ਇਸ ਮੰਚ ਦੇ ਜ਼ਰੀਏ ਸਾਡੇ ਵੱਲੋਂ ਲਗਾਤਾਰ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਦਿੱਤੀ ਜਾਏ, ਕਿਹੜੀ ਕੰਟਰੀ ਦੇ ਲਈ ਅਪਲਾਈ ਕੀਤਾ ਜਾਏ, ਕਿੱਥੇ ਤੁਹਾਡੀ ਪ੍ਰੋਫਾਈਲ ਮੈਚ ਕਰਦੀ ਹੈ, ਕਿਹੜੀਆਂ ਸ਼ਰਤਾਂ 'ਤੇ ਪੂਰੀਆਂ ਕਰਦੀ ਹੈ ਪ੍ਰੋਫਾਈਲ, ਕਿਹੜਾ ਕੋਰਸ ਲਿਆ ਜਾਏ, ਕਿਸ ਤਰ੍ਹਾਂ ਦੇ ਕਾਲਜ ਵਿੱਚ ਐਡਮਿਸ਼ਨ ਕਰਾਈ ਜਾਏ, ਐਕਸਪਰਟਸ ਨੂੰ ਸਮੇਂ-ਸਮੇਂ ਉੱਤੇ ਸੱਦਾ ਦਿੱਤਾ ਜਾਂਦਾ ਤਾਂ ਜੋ ਸਹੀ ਰਸਤਾ ਇੱਕ ਦਿਖਾਇਆ ਜਾ ਸਕੇ ਅਤੇ ਸਹੀ ਤਰੀਕੇ ਦੇ ਨਾਲ ਇੱਕ ਜਾਣਕਾਰੀ ਦਿੱਤੀ ਜਾ ਸਕੇ। ਸੋ ਅੱਜ ਜਿਹੜੇ ਐਕਸਪਰਟ ਸਾਡੇ ਨਾਲ ਨੇ ਪਿਰਾਮਿਡ ਈ ਸਰਵਿਸਿਸ ਤੋਂ ਭਾਨੂੰ ਬੇਦੀ ਜੀ ਨੇ, ਸੋ ਉਹਨਾਂ ਦਾ ਸਵਾਗਤ ਕਰ ਲਈਏ। ਸਵਾਗਤ ਹੈ ਬੇਦੀ ਸਰ। ਧੰਨਵਾਦ ਜੀ ਸੱਦਾ ਦੇਣ ਲਈ, ਸਾਡੇ ਨਾਲ ਜੁੜੇ ਸਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਅੱਜ ਅਸੀਂ ਗੱਲ ਕਰਾਂਗੇ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੀ, ਨਾਲ ਹੀ ਗੱਲ ਕਰਾਂਗੇ USA ਦੀ ਵੀ ਗੱਲ ਕੀਤੀ ਜਾਏਗੀ, ਨਾਲ ਇੱਕ ਜਿਹੜਾ ਖਾਸ ਉਪਰਾਲਾ ਜਿਹੜਾ ਕਾਫੀ ਸਮੇਂ ਤੋਂ ਪਿਰਾਮਿਡ ਈ ਸਰਵਿਸਿਸ ਵੱਲੋਂ ਆਇਲਸ ਅਤੇ ਸਟੂਡੈਂਟ ਵੀਜ਼ਾ ਵਰਗੀਆਂ ਜਿਹੜੀ ਇੱਕ ਸਹੂਲਤਾਂ ਜਿਹੜੀਆਂ ਸਰਵਿਸਿਸ ਦਿੱਤੀਆਂ ਜਾ ਰਹੀਆਂ ਸੀ ਸਟੂਡੈਂਟਸ ਨੂੰ, ਅਤੇ ਨਾਲ ਇੱਕ ਕਾਲਜ ਵੀ ਸ਼ੁਰੂ ਕੀਤਾ ਗਿਆ, ਉਸ ਬਾਰੇ ਵੀ ਗੱਲ ਕਰਾਂਗੇ। ਪਹਿਲਾਂ ਮੈਂ ਕੈਨੇਡਾ ਵਾਲੇ ਸਟੂਡੈਂਟ ਬਾਰੇ ਪੁੱਛਾਂਗਾ। ਬੇਦੀ ਸਾਹਿਬ, ਕੀ ਅੱਜ ਦਾ ਸਟੇਟਸ ਹੈ, ਕੀ ਕੈਨੇਡਾ ਵੀਜ਼ਾ ਦੇ ਰਿਹਾ, ਜੇ ਦੇ ਰਿਹਾ ਤਾਂ ਕਿਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਵੀਜ਼ਾ ਮਿਲ ਰਿਹਾ? ਸੋ ਮਈ ਸੈਸ਼ਨ ਦਾ ਜਿਹੜਾ ਰਿਜ਼ਲਟ ਰਿਹਾ ਹੈ ਕੈਨੇਡਾ ਦਾ, ਬਹੁਤ ਹੀ ਬਿਹਤਰੀਨ ਰਿਹਾ ਹੈ। ਜਸਟਿਨ ਟਰੂਡੋ ਦੀ ਜਿਹੜੀ ਸਰਕਾਰ ਆਈ ਹੈ, ਉਹਨੇ ਆ ਕੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹੈ ਕਿ ਉਹਨਾਂ ਨੂੰ ਪੰਜਾਬੀ ਬੱਚੇ ਚਾਹੀਦੇ ਹੈ, ਉਹਨਾਂ ਨੂੰ ਪੰਜਾਬ ਬੋਰਡ ਤੋਂ ਬੱਚੇ ਚਾਹੀਦੇ ਹੈ, ਉਹਨਾਂ ਨੂੰ ਹਿੰਦੁਸਤਾਨ ਤੋਂ ਬੱਚੇ ਚਾਹੀਦੇ, ਉਹਨਾਂ ਨੂੰ ਪੂਰੀ ਦੁਨੀਆ ਤੋਂ ਸਟੂਡੈਂਟਸ ਚਾਹੀਦੇ ਹੈ। ਸੋ ਜਿੱਥੇ ਮਈ ਵਿੱਚ ਆਪਾਂ ਕਦੀ 150-200 ਵੀਜ਼ੇ ਤੋਂ ਉੱਪਰ ਨਹੀਂ ਵਧੇ ਸਕੇ ਮਈ ਸੈਸ਼ਨ, ਕਿਉਂਕਿ ਛੋਟਾ ਹੁੰਦਾ ਹੈ, ਇਸ ਮਈ ਸੈਸ਼ਨ ਵਿੱਚ 300 ਤੋਂ ਉੱਤੇ ਵੀਜ਼ੇ ਆਪਾਂ ਲੈਣ ਵਿੱਚ ਕਾਮਯਾਬ ਹੋਏ ਹਾਂ। ਸੋ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਲਈ ਜਾਣਾ ਚਾਹੁੰਦੇ ਹੋ ਤਾਂ ਸਪਟੈਂਬਰ ਇੱਕ ਬਹੁਤ ਹੀ ਬਿਹਤਰੀਨ ਸੈਸ਼ਨ ਹੈ, ਕਿਉਂਕਿ ਕਾਫੀ ਕੋਰਸਿਸ ਅਵੇਲੇਬਲ ਹੈ, ਕਾਫੀ ਕਾਲਜਿਸ ਵਿੱਚ ਆਪਸ਼ਨਸ ਅਵੇਲੇਬਲ ਹੈ। ਜਿਹੜੇ ਸ਼ਹਿਰ ਵਿੱਚ ਜਾਣਾ ਚਾਹੁੰਦੇ ਹੋ, ਪਿਰਾਮਿਡ ਨਾਲ ਤੁਸੀਂ ਸੰਪਰਕ ਕਰਕੇ ਉਸ ਸ਼ਹਿਰ ਵਿੱਚ ਆਪਣਾ ਮਨਪਸੰਦ ਕੋਰਸ ਚੂਜ਼ ਕਰ ਸਕਦੇ ਹੋ। ਥੋੜ੍ਹਾ ਜਿਹਾ ਸਾਨੂੰ ਜਲਦੀ ਕਰਨੀ ਪਏਗੀ, ਕਿਉਂਕਿ ਮਈ ਸੈਸ਼ਨ ਵਿੱਚ ਜਿਨ੍ਹਾਂ ਦੇ ਦਾਖਲੇ ਨਹੀਂ ਹੋਏ ਜਾਂ ਜਨਵਰੀ ਵਿੱਚ ਜਿਨ੍ਹਾਂ ਦੇ ਵੀਜ਼ਾ ਰਿਫਿਊਜ਼ਲ ਆ ਗਏ ਸੀ, ਉਹਨਾਂ ਨੇ ਸਪਟੈਂਬਰ ਵਿੱਚ ਆਲਰੇਡੀ ਆਪਣੀਆਂ ਆਫਰਾਂ ਅਪਲਾਈ ਕਰਤੀਆਂ। ਜਿਹੜੇ ਬੱਚੇ 2015 ਵਿੱਚ ਪੜ੍ਹਾਈ ਕਰਕੇ ਬੈਠੇ ਸੀ, ਉਹਨਾਂ ਨੇ ਆਪਣੀ ਸਪਟੈਂਬਰ ਵਿੱਚ ਆਲਰੇਡੀ ਆਪਣੀ ਸੀਟ ਲੈ ਲਈ ਹੈ। ਸੋ ਜੇ ਟੋਟਲ 100 ਸੀਟਾਂ ਸੀਗੀਆਂ ਕੈਨੇਡਾ ਸਟੂਡੈਂਟ ਵੀਜ਼ਾ SPP ਦੇ ਅੰਦਰ, ਅਤੇ 70 ਸੀਟਾਂ ਆਲਰੇਡੀ ਲੈ ਚੁੱਕੇ ਆ ਸਟੂਡੈਂਟਸ। ਕਿਹੜੇ ਲੈ ਚੁੱਕੇ ਆ 2015 ਵਾਲੇ, ਕਿਹੜੇ ਲੈ ਚੁੱਕੇ ਆ ਜਿਨ੍ਹਾਂ ਦੇ ਜਨਵਰੀ ਵਿੱਚ ਰਿਫਿਊਜ਼ਲ ਹੈ, ਕਿਹੜੇ ਲੈ ਚੁੱਕੇ ਆ ਜਿਨ੍ਹਾਂ ਦੇ ਮਈ ਵਿੱਚ ਆਫਰ ਨਹੀਂ ਆਈ। ਇਸ ਕਰਕੇ ਸਪਟੈਂਬਰ ਸੈਸ਼ਨ ਵਾਸਤੇ 2016 ਵਾਲੇ ਬੱਚਿਆਂ ਲਈ ਸਿਰਫ 30 ਸੀਟਾਂ ਰਹਿ ਗਈਆਂ, ਐਗਜ਼ਾਮਪਲ ਦੇ ਰਹੇ ਹਾਂ। ਤੋ 30 ਦਾ ਮਤਲਬ ਹੈ ਕਿ ਰਫਲੀ 30,000 ਸੀਟਾਂ ਹੋਣਗੀਆਂ। ਇਸ ਕਰਕੇ ਜੇ ਤੁਸੀਂ ਸਪਟੈਂਬਰ ਸੈਸ਼ਨ ਵਾਸਤੇ ਜਾਣਾ ਚਾਹੁੰਦੇ ਹੋ, ਆਈਲੈਟਸ ਨਹੀਂ ਕੀਤੀ, 12ਵੀਂ ਦਾ ਰਿਜ਼ਲਟ ਨਹੀਂ ਆਇਆ, 13ਵੀਂ ਦਾ ਰਿਜ਼ਲਟ ਨਹੀਂ ਆਇਆ, ਬੀਟੈਕ ਦਾ ਰਿਜ਼ਲਟ ਨਹੀਂ ਆਇਆ, ਗ੍ਰੈਜੂਏਸ਼ਨ ਦਾ ਰਿਜ਼ਲਟ ਨਹੀਂ ਆਇਆ, ਤਾਂ ਵੀ ਤੁਸੀਂ ਆਪਣੀ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਸਕਦੇ ਹੋ। 15 ਜੁਲਾਈ ਤੱਕ ਤੁਹਾਨੂੰ ਸਮਾਂ ਲੈ ਕੇ ਦੇਵਾਂਗੇ ਆਪਣੀ ਫੀਸ ਪੇ ਕਰਨ ਦਾ, ਆਪਣੇ ਰਿਜ਼ਲਟਸ ਪ੍ਰੋਕਿਓਰ ਕਰਵਾਉਣ ਦਾ। ਇਸ ਕਰਕੇ ਜੇ ਤੁਸੀਂ ਟਾਈਮ ਅਤੇ ਆਪਣਾ ਕੇਸ ਅਪਲਾਈ ਕਰਦੇ ਹੋ, ਤਾਂ ਡੈਫੀਨੇਟਲੀ ਸਪਟੈਂਬਰ ਸੈਸ਼ਨ ਵਿੱਚ ਤੁਸੀਂ ਜਾਣ ਲਈ ਕਾਮਯਾਬ ਹੋ ਸਕਦੇ ਹੋ। ਜੇ ਨਹੀਂ ਕਰਦੇ ਹੋ ਤਾਂ ਫਿਰ ਤੁਹਾਡਾ ਸੈਸ਼ਨ ਜੋ ਜਨਵਰੀ ਹੋ ਜਾਏਗਾ, ਜਨਵਰੀ ਵਿੱਚ ਕਾਲਜ ਵੀ ਘੱਟ ਹੈ, ਕੋਰਸ ਵੀ ਘੱਟ ਹੈ, ਕਿਤੇ ਨਾ ਕਿਤੇ ਗੈਪ ਵੀ ਵੱਧ ਜਾਏਗਾ। ਸੋ 2015 ਵਾਲੇ ਤਾਂ ਖਾਸ ਕਰ ਸਪਟੈਂਬਰ ਨੂੰ ਹੀ ਟਾਰਗੇਟ ਕਰਨ। ਆਫਰ ਲੈਟਰ ਅਪਲਾਈ ਕਰਨ ਦਾ ਖਰਚਾ ਬਹੁਤ ਹੀ ਮਿਨੀਮਲ ਹੈ। ਹੰਬਰ ਕਾਲਜ ਦੀ ਐਪਲੀਕੇਸ਼ਨ ਫੀਸ ਵਿੱਚ 30 ਅਪ੍ਰੈਲ ਤੱਕ ਛੂਟ ਚੱਲ ਰਹੀ ਹੈ। ਸੋ ਜੇ ਤੁਸੀਂ ਹੰਬਰ ਕਾਲਜ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕੋਈ ਵੀ ਫੀਸ ਨਹੀਂ ਹੈ। ਜੇ ਤੁਸੀਂ ਲੰਗਾਰਾ ਕਾਲਜ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕੋਈ ਵੀ ਫੀਸ ਨਹੀਂ ਹੈ। ਜੇ ਤੁਸੀਂ ਮੋਹਾਕ ਵਿੱਚ, ਫੈਨਸ਼ੋ ਵਿੱਚ, ਨਿਆਗਰਾ ਵਿੱਚ, ਕੋਨਸਟੋਗਾ ਵਿੱਚ ਕਿਸੇ ਕਾਲਜ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕੋਈ ਵੀ ਦਾਖਲਾ ਫੀਸ ਨਹੀਂ ਹੈ। ਔਰ $3,000-$5,000 ਦੀ ਸਕਾਲਰਸ਼ਿਪ ਵੀ ਦਿੱਤੀ ਜਾ ਰਹੀ ਹੈ। ਪਿਰਾਮਿਡ ਈ ਸਰਵਿਸਿਸ ਕੈਨੇਡਾ ਸਟੂਡੈਂਟ ਵੀਜ਼ਾ ਲਈ ਇੱਕ ਭਰੋਸੇਮੰਦ ਨਾਮ ਹੈ, ਟਰਸਟਿਡ ਪਾਰਟਨਰ ਹੈ, ਨੰਬਰ 1 ਪਾਰਟਨਰ ਹੈ ਬਹੁਤ ਕਾਲਜਿਸ ਔਰ ਯੂਨੀਵਰਸਿਟੀਜ਼ ਦਾ। ਹਜ਼ਾਰਾਂ ਦੀ ਤਾਦਾਦ ਵਿੱਚ ਹਰ ਸਾਲ ਪਿਰਾਮਿਡ ਕੰਪਨੀ ਵੱਲੋਂ ਕੈਨੇਡਾ ਸਟੂਡੈਂਟ ਵੀਜ਼ਾ ਦੇ ਬੱਚੇ ਭੇਜੇ ਜਾਂਦੇ ਹੈ, ਔਰ ਬਹੁਤ ਬੱਚੇ ਆਪਣਾ PR ਦਾ ਸੁਪਨਾ ਅੱਜ ਦੀ ਡੇਟ ਵਿੱਚ ਪਿਰਾਮਿਡ ਨਾਲ ਜੁੜ ਕੇ ਸਾਕਾਰ ਕਰ ਚੁੱਕੇ ਹੈ। ਕੈਨੇਡਾ ਵਾਲੇ ਸਟੂਡੈਂਟ ਵੱਲੋਂ ਇੱਕ ਸਵਾਲ ਜਿਹੜਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ, ਉਹ ਕੋਰਸ ਨੂੰ ਲੈ ਕੇ, ਕਿਉਂਕਿ ਕੋਰਸ ਬਾਰੇ ਕਿਤੇ ਵੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਸ਼ੋਅ ਦੇਖੀਏ ਜਾਂ ਐਡਵਰਟਾਈਜ਼ਮੈਂਟ ਦੇਖੀਏ, ਕਾਲਜ ਬਾਰੇ ਦੱਸਿਆ ਜਾ ਰਿਹਾ, ਕੰਟਰੀ ਨੂੰ ਪ੍ਰਮੋਟ ਕੀਤਾ ਜਾ ਰਿਹਾ, ਪਰ ਕੋਰਸ ਕਿਤੇ ਨਾ ਕਿਤੇ ਨਹੀਂ ਦੱਸੇ ਜਾ ਰਹੇ ਸਟੂਡੈਂਟ ਨੂੰ। ਸਮਝ ਨਹੀਂ ਆ ਰਿਹਾ ਸਟੂਡੈਂਟ ਨੂੰ, ਜਾਂ ਸਟੂਡੈਂਟ ਡਾਊਟ ਦੇ ਵਿੱਚ ਕਿਸ ਤਰ੍ਹਾਂ ਦਾ ਕੋਰਸ ਉਹਨਾਂ ਲਈ ਰੈਲੀਵੈਂਟ ਬਣਦਾ, ਜਾਂ ਕਿਹੜੇ ਕੋਰਸ ਦਾ ਅੱਗੇ ਜਾ ਕੇ ਸਕੂਲ। ਜੀ, ਛੋਟੀ ਜਿਹੀ ਬਾਰੀਕੀ ਵਾਲੀ ਗੱਲ ਦੱਸੂਗਾ, ਨੋਨ ਮੈਡੀਕਲ ਬੱਚੇ ਨੇ ਕੀਤੀ ਹੁੰਦੀ ਫਿਜ਼ਿਕਸ, ਕੈਮਿਸਟਰੀ, ਮੈਥਸ ਹੈ। ਹੁਣ ਕੈਨੇਡਾ ਵਿੱਚ ਜਿਹੜੇ ਬੱਚਿਆਂ ਦੇ 45 ਨੰਬਰ ਤੋਂ ਉੱਪਰ ਵੀ ਆ ਜਾਣ ਮੈਥਸ ਵਿੱਚ, ਉਹਨਾਂ ਨੂੰ ਇੰਜੀਨੀਅਰਿੰਗ ਵਿੱਚ ਆਫਰ ਲੈਟਰ ਮਿਲ ਜਾਂਦੀ ਹੈ, ਪਰ ਵੀਜ਼ਾ ਮਿਲਣਾ ਉਹ ਡਿਪੈਂਡ ਕਰਦਾ ਹੈ। ਅਗਰ ਇੰਜੀਨੀਅਰਿੰਗ ਚੂਜ਼ ਕੀਤੀ ਹੈ, ਫੋਰ ਐਗਜ਼ਾਮਪਲ ਕੰਪਿਊਟਰ ਇੰਜੀਨੀਅਰਿੰਗ ਚੂਜ਼ ਕੀਤੀ ਹੈ, ਨੰਬਰ ਹੈ 42, ਆਫਰ ਲੈਟਰ ਆ ਗਈ, ਕਿਸੇ ਨਾ ਕਿਸੇ ਕਾਲਜ ਨੇ ਭੇਜ ਦਿੱਤੀ, ਪਰ ਕੀ ਵੀਜ਼ਾ ਮਿਲੇਗਾ?
ਆਫਰ ਲੈਟਰ ਆ ਜਾਵੇ ਔਰ ਵੀਜ਼ਾ ਨਾ ਮਿਲੇ, ਇਹ ਤੋਂ ਵੱਡਾ ਨੁਕਸਾਨ ਕੋਈ ਨਹੀਂ ਹੈ। ਆਫਰ ਲੈਟਰ ਨਾ ਆਵੇ ਤਾਂ 2-4-5 ਹਜ਼ਾਰ ਦਾ ਨੁਕਸਾਨ ਹੈ, ਆਫਰ ਲੈਟਰ ਆ ਗਈ ਔਰ ਵੀਜ਼ਾ ਹੀ ਨਹੀਂ ਮਿਲਿਆ ਤਾਂ ਘੱਟ ਤੋਂ ਘੱਟ 50,000 ਰੁਪਏ ਦਾ ਨੁਕਸਾਨ ਹੈ। ਕਿਉਂ? ਕਿਉਂਕਿ ਜਦੋਂ ਫੀਸ ਜਾਂਦੀ ਹੈ ਵਾਪਸ ਆਉਂਦੀ, ਕੋਈ ਡਿਡਕਸ਼ਨ ਹੋ ਜਾਂਦੀ ਹੈ, ਕੋਈ ਐਮਬੈਸੀ ਫੀਸ ਕੱਟੀ ਗਈ, ਕੋਈ ਕੰਪਨੀ ਦੀ ਫੀਸ ਕੱਟੀ ਗਈ, ਇਸ ਕਰਕੇ ਕੋਰਸ ਚੂਜ਼ ਕਰਨਾ ਬਹੁਤ ਹੀ ਟੈਕਨੀਕਲ ਚੀਜ਼ ਹੈ। ਔਰ ਜਿਹੜੇ ਬੰਦਿਆਂ ਨੂੰ ਤਜੁਰਬਾ ਹੈ, ਜਿਨ੍ਹਾਂ ਦੇ ਕੰਪਨੀ ਵਿੱਚ ਕਾਉਂਸਲਰਸ ਨੂੰ ਤਜੁਰਬਾ ਹੈ, ਉਹੀ ਤੁਹਾਨੂੰ ਸਹੀ ਰਾਹ ਪਾ ਪਾਉਂਦੇ ਹੈ, ਉਹੀ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰ ਪਾਉਂਦੇ। ਇੱਥੇ ਤੁਸੀਂ ਗੱਲ ਕੀਤੀ ਕਿ ਆਫਰ ਲੈਟਰ ਆ ਗਈ ਪਰ ਵੀਜ਼ਾ ਨਹੀਂ ਆਇਆ, ਮੇਰੇ ਖਿਆਲ ਕਾਫੀ ਇੱਕ ਨਾ ਪੰਜਾਬ ਦੇ ਵਿੱਚ ਜਿਹੜੇ ਸਟੂਡੈਂਟ ਜਦੋਂ ਦੇਖ ਰਹੇ ਹਾਂ ਜਿਨ੍ਹਾਂ ਦੀ ਆਫਰ ਲੈਟਰ ਆਈ ਪਰ ਵੀਜ਼ਾ ਨਹੀਂ ਆਇਆ, ਇੱਕ ਬਿਜ਼ਨਸ ਕੀਤਾ ਜਾ ਰਿਹਾ ਆਫਰ ਲੈਟਰ ਦੇ ਨਾਮ ਉੱਤੇ, ਸਟੂਡੈਂਟ ਨੂੰ ਦੱਸਿਆ ਜਾ ਰਿਹਾ ਕਿ ਆਫਰ ਲੈਟਰ ਆ ਗਈ ਹੁਣ ਵੀਜ਼ਾ ਵੀ ਆ ਜਾਏਗਾ, ਸਟੂਡੈਂਟ ਨੂੰ ਵੀ ਕਿਤੇ ਨਾ ਕਿਤੇ ਬੜੇ ਦੁਖਾਂ ਨਾਲ ਮੈਂ ਗੱਲ ਦੱਸਦਾ, ਜਿਹੜਾ ਬੰਦਾ ਆਪ ਕਦੀ ਫਗਵਾੜਾ ਨਹੀਂ ਟੱਪਿਆ ਹੁੰਦਾ, ਜਿਹੜੇ ਬੰਦੇ ਨੇ ਆਪ 12ਵੀਂ ਕੀਤੀ ਨਹੀਂ ਹੁੰਦੀ, ਉਹ ਬੰਦਾ ਕੈਨੇਡਾ ਅਮੈਰੀਕਾ ਵਰਗੀ ਕੰਟਰੀਆਂ ਪ੍ਰਮੋਟ ਕਰਦੇ ਹੈ, ਇਹੋ ਜਿਹੇ ਲੋਕ ਜਿਨ੍ਹਾਂ ਨੂੰ ਆਪ ਕੁਆਲੀਫਿਕੇਸ਼ਨ ਨਾ ਜਿਨ੍ਹਾਂ ਦੀ ਹੋਵੇ, ਉਹ MBA ਵਰਗੇ ਕੋਰਸਿਸ ਪ੍ਰਮੋਟ ਕਰਦੇ ਹੈ, PhD ਦੀ ਗੱਲਾਂ ਕਰਦੇ ਹੈ, ਬੇਸਿਕਲੀ ਸ਼ੋਜ਼ ਦੇਖੇ, ਟਾਕ ਸ਼ੋਜ਼ ਦੇਖੇ, ਅਖਬਾਰਾਂ 'ਚ ਐਡਵਰਟੀਜ਼ਮੈਂਟ ਬਣ ਕੇ ਕੰਸਲਟੈਂਟ ਬਣ ਜਾਂਦੇ ਹੈ। ਜਿੱਦਾਂ ਹੁਣ ਪਿਰਾਮਿਡ E-Services ਸਾਡੀ ਕੰਪਨੀ ਲਾਇਸੈਂਸਡ ਹੈ, ਪੰਜਾਬ ਸਰਕਾਰ ਵੱਲੋਂ ਲਾਇਸੈਂਸਡ ਹੈ, ਕੰਪਨੀ ਸਾਡੀ ਪ੍ਰਾਈਵੇਟ ਲਿਮਿਟਿਡ ਕੰਪਨੀ ਹੈ, ਐਟ ਦ ਸੇਮ ਟਾਈਮ ਪੰਜਾਬ ਸਰਕਾਰ ਵੱਲੋਂ ਲਾਇਸੈਂਸਡ ਹੈ, ਕੈਨੇਡਾ ਦੀ ਕਾਫੀ ਕਾਲਜਿਸ ਔਰ ਯੂਨੀਵਰਸਿਟੀਜ਼ ਦਾ ਟਰਸਟਡ ਪਾਰਟਨਰ ਹੈ, ਨੰਬਰ 1 ਪਾਰਟਨਰ ਹੈ, ਅਮੈਰੀਕਾ ਦੀ ਹੁਣ ਰੀਸੈਂਟ ਸਰਟੀਫਿਕੇਸ਼ਨ ਸਾਡੀ ਆਈ ਹੈ AIRC, ਅਮੈਰੀਕਨ ਇੰਟਰਨੈਸ਼ਨਲ ਰਿਕਰੂਟਮੈਂਟ ਕਾਉਂਸਲ। ਸੋ ਅਮੈਰੀਕਾ ਦੀ ਬਹੁਤ ਵੱਡੀ ਇੱਕ ਨੋਨ ਪ੍ਰੋਫਿਟੇਬਲ ਔਰਗਨਾਈਜੇਸ਼ਨ ਹੈ, ਜੋ ਆਪਣੇ ਕੰਸਲਟੈਂਟਸ ਨੂੰ ਐਕਰੀਡੇਟ ਕਰਦੀ ਹੈ, ਕੰਸਲਟੈਂਟਸ ਨੂੰ ਰੈਕੋਗਨਾਈਜ਼ ਕਰਦੀ ਹੈ, ਉਹਨਾਂ ਦੀ ਪ੍ਰੈਕਟਿਸਿਸ ਦੇਖਦੀ ਹੈ। ਸੋ ਸਾਡੇ ਕੋਲ ਉਹਨਾਂ ਦੀ ਟੀਮ ਆਈ, ਇੱਕ ਹਫ਼ਤਾ ਸਾਡੇ ਆਡਿਟ ਚੱਲਦਾ ਰਿਹਾ, ਉਸ ਤੋਂ ਬਾਅਦ ਸਾਨੂੰ ਸਰਟੀਫਿਕੇਸ਼ਨ ਮਿਲੀ ਔਰ ਉਸ ਸਰਟੀਫਿਕੇਸ਼ਨ ਦੇ ਬੇਸ 'ਤੇ ਆਪਾਂ US ਯੂਨੀਵਰਸਿਟੀਜ਼ ਨੂੰ, ਕੈਨੇਡਾ ਦੀ ਯੂਨੀਵਰਸਿਟੀਜ਼ ਨੂੰ ਪ੍ਰਮੋਟ ਕਰ ਸਕਦੇ ਹਾਂ। ਸੋ ISF ਆਪਾਂ ਸਕਰੀਨਡ ਏਜੰਟ ਹਾਂ, ਐਜੂਕੇਸ਼ਨ ਨਿਊਜ਼ੀਲੈਂਡ ਟ੍ਰੇਨਡ ਏਜੰਟ ਹਾਂ। ਸੋ ਇੰਨੇ ਜ਼ਿਆਦਾ ਪ੍ਰੋਸੈਸਿਸ ਤੋਂ ਬਾਅਦ, ਇੰਨੀ ਜ਼ਿਆਦਾ ਟ੍ਰੇਨਿੰਗਸ ਤੋਂ ਬਾਅਦ ਸਾਡੇ ਬੰਦੇ ਤਿਆਰ ਹੁੰਦੇ ਹੈ ਇਨਫੋਰਮੇਸ਼ਨ ਦੇਣ ਲਈ, ਕਾਉਂਸਲਿੰਗ ਕਰਨ ਲਈ, ਬੱਚਿਆਂ ਦੀ ਐਡਮਿਸ਼ਨ ਕਰਵਾਉਣ ਲਈ, ਉਹਨਾਂ ਦੇ ਕੋਰਸਿਸ ਚੂਜ਼ ਕਰਨ ਲਈ। ਸੋ ਇੱਦਾਂ ਹੀ ਨਹੀਂ, ਕੋਈ ਏਜੰਟ ਬਣ ਜਾਂਦਾ, ਧੋਖੇ ਤੋਂ ਬਚੋ। ਜਿਹੜਾ ਬੰਦਾ ਲਾਇਸੈਂਸਡ ਨਹੀਂ ਹੈ, ਜਿਹਨੂੰ ਤਜਰਬਾ ਨਹੀਂ ਹੈ, ਜਿਹਨੂੰ ਕੰਮ ਕਰਨ ਦਾ ਤਰੀਕਾ ਨਹੀਂ ਪਤਾ, ਜਸਟ ਬਿਕੋਜ਼ ਉਹ ਤੁਹਾਡਾ ਰਿਸ਼ਤੇਦਾਰ ਹੈ ਜਾਂ ਤੁਹਾਡੇ ਤੋਂ 2-4-5 ਹਜ਼ਾਰ ਰੁਪਇਆ ਘੱਟ ਲੈ ਰਿਹਾ ਹੈ, ਬਹੁਤ ਸਾਰੇ ਕੰਸਲਟੈਂਟ ਕਿੱਦਾਂ ਓਪਰੇਟ ਕਰਦੇ ਆ। ਮਨਦੀਪ ਜੀ, ਛੋਟੀ ਜਿਹੀ ਤੁਹਾਨੂੰ ਸਟੋਰੀ ਦੱਸਣਾ ਚਾਹਾਂਗਾ, ਕਿੱਦਾਂ ਓਪਰੇਟ ਕਰਦੇ ਆ। ਸਾਨੂੰ ਸਿਰਫ ਤੁਹਾਡੇ ਦਸਤਾਵੇਜ਼ ਚਾਹੀਦੇ, ਹੋਰ ਕੁਛ ਨਹੀਂ ਚਾਹੀਦਾ, ਦਸਤਾਵੇਜ਼ ਪ੍ਰੋਵਾਈਡ ਕਰੋ, ਵੀਜ਼ਾ ਲੱਗਣ ਤੋਂ ਬਾਅਦ ਪੈਸੇ ਲਵਾਂਗੇ। ਜਦੋਂ ਦਸਤਾਵੇਜ਼ ਦੇ ਦਿੱਤੇ ਜਾਂਦੇ ਆ, ਤੇ ਉਸ ਤੋਂ ਬਾਅਦ ਛੋਟੀ ਜਿਹੀ ਰਿਕੁਆਇਰਮੈਂਟ ਹੁੰਦੀ ਹੈ, ਕਾਲਜ ਨੇ $500 ਦੀ ਮੰਗ ਕੀਤੀ ਹੈ ਤੁਹਾਡਾ ਦਾਖਲਾ ਪੱਤਰ ਭੇਜਣ ਲਈ, $500 ਦਿਓ। ਹਾਲਾਂਕਿ ਉਹ ਕੋਈ ਫੀਸ ਨਹੀਂ ਹੁੰਦੀ, 25-30 ਹਜ਼ਾਰ ਰੁਪਏ ਲੈ ਲਿਆ ਜਾਂਦਾ ਹੈ। ਜਦੋਂ ਦਾਖਲਾ ਪੱਤਰ, ਜਦੋਂ ਫਿਰ ਕੰਸਲਟੈਂਟ ਦੇਖਦਾ, ਜਦੋਂ ਏਜੰਟ ਦੇਖਦਾ ਕਿ ਹਾਂ ਵੀ ਇਹਨੇ ਤਾਂ $500 ਢੇਰੀ ਕਰਤੇ ਇੰਨੀ ਜਲਦੀ, ਅਤੇ ਕਿਉਂ ਨਾ ਹੋਰ ਬਹੁਤ ਵਧੀਆ ਹੋਰ ਗੱਲਾਂ ਕੀਤੀਆਂ ਜਾਣ। ਅਤੇ ਫੀਸ ਹੁੰਦੀ ਹੈ $8,000 ਤਾਂ ਫੀਸ ਮੰਗ ਲਈ ਜਾਂਦੀ ਹੈ, $11,000। ਸੋ ਚਾਹੇ ਪਹਿਲੇ ਉਹਨੇ ਰੁਪਈਆ ਨਹੀਂ ਲਿਆ, ਪਰ ਪ੍ਰੋਸੈਸ ਦੇ ਦੌਰਾਨ ਤੁਹਾਨੂੰ ਡਰਾ ਧਮਕਾ ਕੇ 1.5-2 ਲੱਖ ਰੁਪਈਆ ਐਕਸਟਰਾ ਭੋਟ ਲਿਆ। ਔਰ ਜਿਹੜਾ ਬੱਚਾ ਵਿਚਾਰਾ ਇਸ ਕੰਮ ਦੇ ਵਿੱਚ ਫਸ ਜਾਂਦਾ ਹੈ, ਜਿਹੜੇ ਮਾਪੇ ਇਸ ਕੰਮ 'ਚ ਫਸ ਜਾਂਦੇ ਹੈ, ਉਹ ਅਲਟੀਮੇਟਲੀ ਗੱਲਾਂ ਬਾਤਾਂ ਵਿੱਚ ਆ ਕੇ 1 ਲੱਖ ਰੁਪਏ ਖਰਾਬ ਕਰਕੇ ਬਹਿ ਜਾਂਦੇ ਹੈ। ਇਸ ਕਰਕੇ ਉਹਨਾਂ ਕੰਪਨੀਜ਼ ਕੋਲ ਜਾਓ ਜਿਹੜੀਆਂ ਲਾਇਸੈਂਸਡ ਹੈ, ਜੇ ਉਹਨਾਂ ਦੀ ਕੋਈ ਨੋਮੀਨਲ ਫੀਸ ਹੈ ਤਾਂ ਉਹਨੂੰ ਦੇਣ 'ਚ ਘਬਰਾਇਆ ਨਾ ਕਰੋ, ਕਿਉਂਕਿ ਉਹ ਇੱਕ ਵਾਰੀ ਉਹਨਾਂ ਨੇ ਅਗਰ ਆਪਣੀ ਫੀਸ ਲੈ ਲਈ ਤਾਂ ਵਿਚਕਾਰ ਇੱਦਾਂ ਦੀ ਤੁਹਾਨੂੰ ਇਨਫੋਰਮੇਸ਼ਨ ਜਾਂ ਤੁਹਾਡੇ ਤੋਂ ਅੱਧਾ ਪੈਸੇ ਨਹੀਂ ਭੋਟਣਗੇ, ਤੁਹਾਡੇ ਤੋਂ ਗਲਤ ਤਰੀਕੇ ਨਾਲ ਕੋਈ ਪੈਸੇ ਨਹੀਂ ਲੈਣਗੇ। ਇਸ ਕਰਕੇ ਇੱਕ ਵਾਰੀ ਨੋਮੀਨਲ ਦੀ 10-15 ਹਜ਼ਾਰ ਰੁਪਇਆ ਫੀਸ ਦਿੱਤੀ, ਜ਼ਿਆਦਾ ਵਧੀਆ ਹੈ ਐਜ਼ ਕੰਪੇਅਰ ਟੂ 1 ਲੱਖ ਰੁਪਏ ਬਾਅਦ 'ਚੋਂ ਵਿੱਚ ਫਸ ਕੇ ਦੇਣ ਦੀ ਬਜਾਏ। ਔਰ ਵੀਜ਼ਾ ਲੱਗਣ ਤੋਂ ਬਾਅਦ ਤਾਂ ਬਿਲਕੁਲ ਪੈਸੇ ਦੇਣੇ ਬੰਦ ਕਰ ਦਿਓ, ਕਿਉਂਕਿ ਜਿਹੜੇ ਵੀਜ਼ਾ ਲੱਗਣ ਤੋਂ ਬਾਅਦ ਕਲੇਮ ਕਰਦੇ ਹੈ, ਅਲਟੀਮੇਟਲੀ ਹਿੱਟ ਐਂਡ ਟ੍ਰਾਇਲ ਖੇਡਦੇ ਹੈ ਕਿ ਜੇ 100 ਕੇਸ ਫੜੇ, ਜੇ 10 ਦੇ ਵੀ ਵੀਜ਼ੇ ਆ ਗਏ, ਹਰ ਇੱਕ ਤੋਂ 10-10 ਲੱਖ ਰੁਪਇਆ ਲੈ ਲਿਆ ਅਤੇ 1 ਕਰੋੜ ਰੁਪਇਆ ਬਣ ਗਿਆ। ਜਿਹਨਾਂ ਦੇ ਰਿਫਿਊਜ਼ਲ ਲੱਗ ਗਏ, ਉਹ ਵਿਚਾਰੇ ਤਾਂ ਵੈਸੇ 'ਚ ਕੁਛ ਨਹੀਂ ਬੋਲਦੇ ਕਿ ਯਾਰ ਮੇਰਾ ਤਾਂ ਇਹਦੀ ਗਲਤੀ ਕਰਕੇ ਵਿਚਾਰੇ ਰਿਫਿਊਜ਼ਲ ਲੱਗ ਗਿਆ, ਮੈਂ ਕਿਹੜਾ ਪੈਸੇ ਦਿੱਤਾ ਸੀ, ਕਿਸ ਗੱਲ ਕਰਕੇ ਬੋਲਾਂ। ਇਸ ਲਈ ਜਿਹੜੀਆਂ ਜ਼ਿਆਦਾ ਲੁਭਾਵਨੀਆਂ ਗੱਲਾਂ ਕਰਦੇ ਆ, ਉਹਨਾਂ ਤੋਂ ਦੁਆਰਾ ਦੂਰ ਰਹੋ ਔਰ ਸਟ੍ਰੇਟ ਫਾਰਵਰਡ ਬੰਦਿਆਂ ਕੋਲ ਜਾਓ, ਸਟ੍ਰੇਟ ਫਾਰਵਰਡ ਕੰਪਨੀਆਂ ਕੋਲ ਜਾਓ, ਜਿਹੜੇ ਇੱਕ ਟੁੱਕ ਗੱਲ ਕਰਨ ਔਰ ਉਹਨਾਂ ਨੂੰ ਨੌਲੇਜ ਹੋਵੇ ਕੰਮ ਕਰਨ ਦੀ। ਲਾਇਸੈਂਸਡ ਕੰਸਲਟੈਂਟ ਦੇ ਕੋਲ ਜਾਣ ਦਾ ਤੁਸੀਂ ਦੱਸਿਆ ਕਿ ਠੱਗੀ ਦਾ ਜਿਹੜਾ ਇੱਕ ਵੱਡਾ ਚਲਨ ਜਿਹੜਾ ਉਸਨੂੰ ਰੋਕਿਆ ਜਾ ਸਕਦਾ, ਸਟੂਡੈਂਟ ਉਸ ਤੋਂ ਬਚ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕੋਈ ਫਰਕ ਰਹਿੰਦਾ ਜਦੋਂ ਇੱਕ ਨੋਰਮਲ ਕੰਸਲਟੈਂਟ ਫਾਈਲ ਅਪਲਾਈ ਕਰਦਾ ਜਾਂ ਇੱਕ ਰਜਿਸਟਰਡ ਜਾਂ ਲਾਇਸੈਂਸਡ ਕੰਸਲਟੈਂਟ ਕਰਦਾ, ਅੰਬੈਸੀ ਕਿਸ ਤਰ੍ਹਾਂ ਦੇ? ਓਬਵੀਅਸ ਜੀ ਗੱਲ ਹੈ, ਜਦੋਂ ਇੱਕ ਲਾਇਸੈਂਸਡ ਕੰਸਲਟੈਂਟ ਅਪਲਾਈ ਕਰਦਾ ਜਿਹਨੂੰ ਤਜਰਬਾ ਹੈ, ਜਿਹਦੇ ਸੈਂਕੜੋ ਵੀਜ਼ੇ ਆਉਂਦੇ ਹੈ, ਹਜ਼ਾਰੋਂ ਵੀਜ਼ੇ ਆਉਂਦੇ ਹੈ, ਤਾਂ ਅੰਬੈਸੀ ਤਾਂ 50% ਵੈਸੇ ਹੀ ਥਰੂ ਕਰਵਾ ਦਿੰਦੀ ਕਿ ਹਾਂ ਯਾਰ ਅਗਰ ਇਹਦੇ ਵੱਲੋਂ ਕੇਸ ਆਇਆ ਹੈ ਤਾਂ ਆਟੋਮੈਟਿਕਲੀ ਲੈਜੀਟੀਮੇਟ ਹੋਏਗਾ। ਜਿਹਨੇ ਬੰਦੇ ਨੇ ਕੇਸ ਹੀ 2-4-10-20 ਲਾਏ ਹੈ,
ਉਹਦਾ ਹਰ ਕੇਸ ਚੰਗੀ ਤਰ੍ਹਾਂ ਸਕਰੀਨ ਹੁੰਦਾ ਹੈ, ਉਹਦਾ ਹਰ ਕੇਸ ਚੰਗੀ ਤਰ੍ਹਾਂ ਪ੍ਰੋਸੈਸ ਕੀਤਾ ਜਾਂਦਾ ਹੈ। ਇਸ ਕਰਕੇ ਲਾਇਸੈਂਸਡ ਕੰਸਲਟੈਂਟਸ ਤੋਂ ਕੇਸਿਸ ਲਗਵਾਓ, ਜਿਨ੍ਹਾਂ ਨੂੰ ਨੌਲੇਜ ਹੈ, ਜਿਨ੍ਹਾਂ ਨੂੰ ਤਜ਼ਰਬਾ ਹੈ, ਜਿਹੜੇ ਸੈਮੀਨਾਰਸ ਵਿੱਚ ਡੈਲੀਗੇਟਸ ਨੂੰ ਬੁਲਾਉਂਦੇ ਹੈ, ਜਿਹੜੇ ਸੈਮੀਨਾਰਸ ਵਿੱਚ ਡੈਲੀਗੇਟਸ ਰੂਬਰੂ ਤੁਹਾਨੂੰ ਕਰਦੇ ਹੈ, ਐਪਲੀਕੇਸ਼ਨ ਫੀਸ ਵਿੱਚ ਜਿਹਨਾਂ ਨੂੰ ਵੇਵਰਸ ਮਿਲਦੇ ਹੈ, ਉਹਨਾਂ ਤੋਂ ਕੈਨੇਡਾ ਸਟੂਡੈਂਟ ਵੀਜ਼ੇ ਦੇ ਕੇਸ ਲਗਵਾਉਣੇ ਚਾਹੀਦੇ ਹੈ। ਪਿਰਾਮਿਡ ਈ ਸਰਵਿਸਿਸ ਸਪਟੈਂਬਰ ਸੈਸ਼ਨ ਵਾਸਤੇ ਤੁਹਾਡੇ ਸਾਰੇ ਬੱਚਿਆਂ ਦੀ ਐਪਲੀਕੇਸ਼ਨ ਇਨਵਾਈਟ ਕਰ ਰਿਹਾ। ਜੇ ਤੁਸੀਂ 2015 ਵਿੱਚ ਆਪਣੀ 12ਵੀਂ ਕਰ ਚੁੱਕੇ ਹੋ, 13ਵੀਂ ਕਰ ਚੁੱਕੇ ਹੋ, ਗ੍ਰੈਜੂਏਸ਼ਨ ਕਰ ਚੁੱਕੇ ਹੋ, ਜਾਂ 2016 ਵਿੱਚ ਤੁਹਾਡੀ ਪੜ੍ਹਾਈ ਖਤਮ ਹੋਣ ਜਾ ਰਹੀ ਹੈ, ਖਤਮ ਹੋ ਚੁੱਕੀ ਹੈ, ਰਿਜ਼ਲਟ ਅਵੇਟਿਡ ਹੈ, ਆਈਲੈਟਸ ਕਰ ਰਹੇ ਹੋ, ਤਾਂ ਤੁਸੀਂ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰਕੇ 15 ਜੁਲਾਈ ਤੱਕ ਫੀਸ ਪੇ ਕਰਨ ਦਾ ਟਾਈਮ ਸਾਡੇ ਤੋਂ ਲੈ ਸਕਦੇ ਹੋ। ਸਪਟੈਂਬਰ ਸੈਸ਼ਨ ਲਈ ਸਭ ਤੋਂ ਵੱਡੇ ਇਮੀਗ੍ਰੇਸ਼ਨ ਕੰਸਲਟੈਂਟ ਪਿਰਾਮਿਡ ਈ ਸਰਵਿਸਿਸ ਤੁਹਾਨੂੰ ਸਾਰਿਆਂ ਨੂੰ ਓਪਰਚੁਨਿਟੀ ਦੇ ਰਿਹਾ ਹੈ ਕੈਨੇਡਾ ਜਾ ਕੇ ਆਪਣੀ ਪੜ੍ਹਾਈ ਸ਼ੁਰੂ ਕਰਨ ਦਾ। ਔਰ ਅਗਲਾ 4 ਸਾਲ ਜਿਹੜਾ ਸਮਾਂ ਹੈ ਉਹ ਲਿਬਰਲ ਗਵਰਨਮੈਂਟ ਦਾ ਹੈ, ਇਸ ਲਈ ਕੋਸ਼ਿਸ਼ ਕਰੋ ਕਿ 2 ਸਾਲ ਦਾ ਕੋਰਸ ਚੂਜ਼ ਕਰੋ, 3ਰੇ ਸਾਲ ਵਰਕ ਪਰਮਿਟ ਲਵੋ, 4ਥੇ ਸਾਲ PR ਲਵੋ, ਕਿਉਂਕਿ ਅਗਰ ਅਗਲੀ ਟਰਮ ਵਿੱਚ ਕੰਜ਼ਰਵੇਟਿਵ ਆ ਗਈ ਤਾਂ ਫਿਰ PR ਦੀ ਪ੍ਰੋਬਲਮ ਹੋ ਸਕਦੀ ਹੈ। ਇਸ ਕਰਕੇ 2-2 ਸਾਲ ਦੇ ਕੋਰਸ ਚੂਜ਼ ਕਰੋ ਰਾਦਰ ਦੈਨ 4-4 ਸਾਲ ਦੀ ਡਿਗਰੀਆਂ ਚੂਜ਼ ਕਰਨ ਦੀ ਬਜਾਏ। ਸੋ ਕੈਨੇਡਾ ਦੇ ਲਈ ਮੈਂ ਪੁੱਛਾਂਗਾ ਪਿਆ, ਇੱਕ ਜਿਹੜਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਸੀ ਕੁਛ ਸਮਾਂ ਪਹਿਲਾਂ, ਹੁਣ ਇੱਕ ਹੋਰ ਆਫ ਦਾ ਟਰੈਕ ਤੁਸੀਂ ਗੱਲ ਕਰ ਰਹੇ ਸੀ ਸੈਮੀਨਾਰ ਆਰਗਨਾਈਜ਼ ਕੀਤਾ ਜਾ ਰਿਹਾ, ਕੀ ਦੇਖਦੇ ਹੋ ਤੁਸੀਂ, ਕੀ ਲੋੜ ਮਹਿਸੂਸ ਕਰਦੇ ਹੋ ਸੈਮੀਨਾਰ ਕਰਨ ਦੀ, ਕਿਉਂਕਿ ਸਟੂਡੈਂਟ ਜਿਹੜਾ ਸੈਮੀਨਾਰ ਦੇ ਵਿੱਚ ਪਹਿਲਾਂ ਵੀ ਕਾਫੀ ਤਾਦਾਦ ਦੇ ਵਿੱਚ ਆਇਆ, ਹੁਣ ਫਿਰ ਤੁਸੀਂ ਸੈਮੀਨਾਰ ਆਰਗਨਾਈਜ਼ ਕਰ ਰਹੇ ਹੋ, ਕਿੱਥੇ ਸਟੂਡੈਂਟ ਮਿਸਗਾਈਡ ਕਰ ਰਹੇ ਜਾਂ ਕਿਉਂ ਲੋੜ ਮਹਿਸੂਸ ਹੋ? ਦੇਖੋ, ਇਸ ਵਾਰੀ ਦੇ ਜਿਹੜੇ ਸੈਮੀਨਾਰਸ ਆਰਗਨਾਈਜ਼ ਹੋਣ ਜਾ ਰਹੇ ਹੈ ਉਹ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਹੋਣ ਜਾ ਰਹੇ ਹੈ। ਯੂਜੂਲੀ ਸਾਡੇ ਸੈਮੀਨਾਰ ਹੁੰਦੇ ਸੀ ਜਲੰਧਰ, ਲੁਧਿਆਣਾ, ਮੋਗਾ ਤੇ ਚੰਡੀਗੜ੍ਹ, ਜਿੱਥੇ ਸਾਡੇ ਦਫ਼ਤਰ ਹੈ। ਹੁਣ ਕਿਉਂਕਿ ਆਪਾਂ ਅਗਲੇ ਸਟੇਜ ਵਿੱਚ ਸਪਤੰਬਰ ਤੱਕ ਨਵੀਂ ਜਗ੍ਹਾ ਤੇ ਦਫ਼ਤਰ ਖੁੱਲਣ ਜਾ ਰਹੇ ਹਾਂ, ਇਸ ਕਰਕੇ ਆਪਾਂ ਉਮੀਦ ਕਰ ਰਹੇ ਹਾਂ ਕਿ ਜਿਹੜੇ ਸੈਮੀਨਾਰਸ ਆਪਾਂ ਜਿਹੜੀ ਜਗ੍ਹਾ ਤੇ ਹੁਣ ਕਰਨ ਜਾ ਰਹੇ ਹਾਂ ਉੱਥੇ ਬੱਚੇ ਵੱਧ ਚੜ ਕੇ ਇਹਨਾਂ ਸੈਮੀਨਾਰਸ ਦਾ ਭਾਗ ਲੈਣਗੇ, ਤਾਂ ਕਿ ਆਪਾਂ ਉੱਥੇ ਦਫ਼ਤਰ ਖੋਲ ਸਕੀਏ। ਸਭ ਤੋਂ ਸਭ ਪਹਿਲਾਂ ਸੈਮੀਨਾਰ ਹੋਣ ਜਾ ਰਿਹਾ ਹੈ 22 ਤਰੀਕ ਨੂੰ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ। ਸੋ ਜੇ ਤੁਸੀਂ ਅੰਮ੍ਰਿਤਸਰ ਵਿੱਚ ਸਾਨੂੰ ਮਿਲਣਾ ਚਾਹੁੰਦੇ ਹੋ, ਪਿਰਾਮਿਡ ਈ ਸਰਵਿਸਿਜ਼ ਦੀ ਰਾਏ ਲੈਣਾ ਚਾਹੁੰਦੇ ਹੋ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, USA ਬਾਰੇ ਸਾਂਝੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਸਾਂਝੇ ਸਿੱਖਿਆ ਮੇਲੇ ਵਿੱਚ ਆ ਸਕਦੇ ਹੋ। ਇੰਟਰਨੈਸ਼ਨਲ ਐਜੂਕੇਸ਼ਨ ਫੇਅਰ ਦਾ ਆਪਾਂ ਨਾਮ ਦੇ ਰਹੇ ਹਾਂ, ਅੰਤਰਰਾਸ਼ਟਰੀ ਸਿੱਖਿਆ ਮੇਲੇ ਦਾ ਆਪਾਂ ਨਾਮ ਦੇ ਰਹੇ ਹਾਂ, ਜਿਹਦੇ ਵਿੱਚ ਤੁਸੀਂ 150 ਤੋਂ ਉੱਪਰ ਯੂਨੀਵਰਸਿਟੀਜ਼ ਔਰ ਕਾਲਜਿਸ ਵਿੱਚ ਆਪਣਾ ਦਾਖਲਾ ਅਪਲਾਈ ਕਰਵਾ ਸਕਦੇ ਹੋ। ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, USA, ਸਿੰਗਾਪੁਰ, ਸਾਈਪਰਸ, ਸਾਰੀ ਕੰਟਰੀਆਂ ਦੀ ਨੌਲੇਜ ਦਿੱਤੀ ਜਾਏਗੀ, ਸਾਰੀ ਕੰਟਰੀਆਂ ਬਾਰੇ ਦੱਸਿਆ ਜਾਏਗਾ, ਸਾਰੀ ਕੰਟਰੀਆਂ ਦੇ ਦਾਖਲੇ ਔਨ ਦਾ ਸਪੋਟ ਤੁਹਾਨੂੰ ਉਹਨਾਂ ਦਾਖਲਿਆਂ ਦਾ ਨਤੀਜਾ ਦਿੱਤਾ ਜਾਏਗਾ। ਸੋ 22 ਤਰੀਕ ਨੂੰ ਸੈਮੀਨਾਰ ਹੋਣ ਜਾ ਰਿਹਾ ਹੈ ਅੰਮ੍ਰਿਤਸਰ ਵਿੱਚ, 23 ਤਰੀਕ ਨੂੰ ਸੈਮੀਨਾਰ ਹੋਣ ਜਾ ਰਿਹਾ ਹੈ ਬਠਿੰਡੇ ਦੇ ਵਿੱਚ, ਅਤੇ 24 ਤਰੀਕ ਨੂੰ ਸੈਮੀਨਾਰ ਹੋਣ ਜਾ ਰਿਹਾ ਹੈ ਪਟਿਆਲੇ ਦੇ ਵਿੱਚ। ਸੋ 22 ਅੰਮ੍ਰਿਤਸਰ, 23 ਬਠਿੰਡਾ, 24 ਪਟਿਆਲਾ। ਸੋ ਜੇ ਤੁਸੀਂ ਸਾਡੇ ਨਾਲ ਇਸ ਸ਼ੋਅ 'ਤੇ ਜੁੜੇ ਹੋ ਤਾਂ ਤੁਸੀਂ ਡੈਫੀਨੇਟਲੀ, ਔਰ ਕੈਨੇਡਾ ਜਾਣ ਦਾ ਤੁਸੀਂ ਸੁਪਨਾ ਦੇਖ ਰਹੇ ਹੋ, ਆਸਟ੍ਰੇਲੀਆ, ਨਿਊਜ਼ੀਲੈਂਡ, USA ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ, ਅਤੇ ਇਸ ਸੈਮੀਨਾਰ ਦਾ ਤੁਸੀਂ ਭਾਗ ਬਣ ਸਕਦੇ ਹੋ। ਮੈਂ ਆਪ ਇਹਨਾਂ ਦਿਨਾਂ ਵਿੱਚ ਅਵੇਲੇਬਲ ਰਹਾਂਗਾ, ਜਿਹੜੇ ਬੱਚੇ ਮੈਨੂੰ ਮਿਲਣਾ ਚਾਹੁੰਦੇ ਹੈ, ਮੇਰੀ ਟੀਮ ਨੂੰ ਮਿਲਣਾ ਚਾਹੁੰਦੇ ਹੈ, ਉਹ ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਵਿਜ਼ਿਟ ਕਰ ਸਕਦੇ ਹੈ। ਅਗੇਨ, 22 ਤਰੀਕ ਅੰਮ੍ਰਿਤਸਰ, 23 ਤਰੀਕ ਬਠਿੰਡਾ ਅਤੇ 24 ਤਰੀਕ ਪਟਿਆਲਾ, ਔਰ ਆ ਕੇ ਆਪਣੇ ਦਾਖਲੇ ਬਾਰੇ ਜਾਣਕਾਰੀ ਲੈ ਸਕਦੇ ਹੈ, ਸਕੋਲਰਸ਼ਿਪ ਬਾਰੇ ਜਾਣਕਾਰੀ ਲੈ ਸਕਦੇ ਹੈ, ਕੋਰਸ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੈ। ਚਾਹੇ ਤੁਸੀਂ ਕਿਸੇ ਵੀ ਏਜੰਟ ਤੋਂ ਅਪਲਾਈ ਕੀਤਾ ਹੋਵੇ, ਤੁਹਾਡਾ GIC ਅਵੇਟਡ ਹੈ, ਤੁਹਾਡਾ ਆਫਰ ਲੈਟਰ ਅਵੇਟਡ ਹੈ, ਤੁਹਾਨੂੰ ਕੋਰਸ ਬਾਰੇ ਜਾਣਕਾਰੀ ਚਾਹੀਦੀ ਹੈ, ਤੁਸੀਂ ਸਾਂ ਵੀ ਸਾਡੇ ਸੈਮੀਨਾਰ ਵਿੱਚ ਭਾਗ ਲੈ ਸਕਦੇ ਹੋ। ਪਿਰਾਮਿਡ ਦੀ ਕਦੀ ਵੀ ਇਹ ਮਨਸ਼ਾ ਨਹੀਂ ਰਹਿੰਦੀ ਕਿ ਜਿਹੜਾ ਸਾਡੇ ਤੋਂ ਕੇਸ ਲਵਾਊਗਾ ਉਹਨੂੰ ਹੀ ਜਾਣਕਾਰੀ ਦੇਵਾਂਗੇ, ਸਾਡਾ ਮਕਸਦ ਹਮੇਸ਼ਾ ਇਹੀ ਰਹਿੰਦਾ ਹੈ ਕਿ ਬੱਚੇ ਦਾ ਭਲਾ ਹੋਣਾ ਚਾਹੀਦਾ ਹੈ, ਬੱਚੇ ਦਾ ਫਾਇਦਾ ਹੋਣਾ ਚਾਹੀਦਾ ਹੈ, ਕੇਸ ਸਾਡੇ ਤੋਂ ਲੱਗੇ ਜਾਂ ਨਾ ਲੱਗੇ ਉਹਦਾ ਕੋਈ ਫਰਕ ਨਹੀਂ ਪੈਂਦਾ। ਸੋ ਤੁਸੀਂ ਸੈਮੀਨਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸੈਮੀਨਾਰ ਸੰਬੰਧੀ ਲੈਣਾ ਚਾਹੁੰਦੇ ਹੋ, ਨੰਬਰ ਸਕਰੋਲ ਕੀਤੇ ਜਾ ਰਹੇ ਨੇ, ਕਾਲ ਕਰ ਸਕਦੇ ਹੋ, ਨੰਬਰ ਨਹੀਂ ਲੱਗਦਾ ਮੈਸੇਜ ਛੱਡਿਆ ਜਾ ਸਕਦਾ, ਪਰਸਨਲੀ ਵਿਜ਼ਿਟ ਕਰਕੇ ਵੀ ਤੁਸੀਂ ਪਿਰਾਮਿਡ ਈ ਸਰਵਿਸਿਜ਼ ਦੀ ਸਾਰੀ ਟੀਮ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਇੱਕ ਹੋਰ ਚੀਜ਼ ਜਿਹੜੀ ਆਸਟ੍ਰੇਲੀਆ ਨੂੰ ਲੈ ਕੇ ਦੇਖਣ ਨੂੰ ਮਿਲੀ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੀਜ਼ਾ ਸੀ ਜਿਹੜੇ ਰਿਜੈਕਟ ਹੋ ਰਹੇ ਸੀ ਪ੍ਰੋਫਾਈਲ ਦੇ, ਇੱਕ ਵਾਰ ਤਾਂ ਖਬਰ ਆਈ ਸੀ ਕਿ ਬਿਲਕੁਲ ਹੀ ਬੈਨ ਲੱਗ ਗਿਆ, ਪਰ ਫਿਰ ਸ਼ਾਇਦ ਕਿਸੇ ਕੰਸਲਟੈਂਟ ਵੱਲੋਂ ਦੱਸਿਆ ਜਾ ਰਿਹਾ 1-2 ਵੀਜ਼ਾ ਆਏ ਕੁਝ ਚੰਗੀਆਂ ਪ੍ਰੋਫਾਈਲ ਦੇ, ਤਾਂ ਤੁਸੀਂ ਕੀ ਦੇਖਦੇ ਹੋ? ਬਾਕੀ ਕਿਤੇ ਵੀ ਮਾਰ ਪੈ ਸਕਦੀ ਕੈਨੇਡਾ, ਨਿਊਜ਼ੀਲੈਂਡ ਜਾਂ USA? ਦੇਖੋ, ਆਸਟ੍ਰੇਲੀਆ ਹੋ ਗਿਆ, UK ਹੋ ਗਿਆ, ਜੇ ਤੁਸੀਂ ਕਦੀ ਵੀ ਪਿਛਲੀ ਝਾਤੀ ਮਾਰੋ ਤੇ ਹਮੇਸ਼ਾ ਆਸਟ੍ਰੇਲੀਆ ਔਰ UK ਵਿੱਚ ਤੁਹਾਨੂੰ ਇਹੋ ਜਿਹੀਆਂ ਪ੍ਰੋਬਲਮਾਂ ਦਿਖੂਗੀਆਂ। ਕਦੀ ਵੀਜ਼ਾ ਦੇਣ ਲੱਗੇ ਤਾਂ ਲੱਖ ਲੱਖ ਵੀਜ਼ਾ ਇਕੱਠਾ ਸਾਲ ਦੇ ਵਿੱਚ ਇਸ਼ੂ ਕਰਤਾ, ਜਦੋਂ ਬੰਦ ਕਰਤਾ ਤੇ ਬਿਲਕੁਲ ਹੀ ਬੰਦ ਕਰਤਾ। ਸੋ ਆਸਟ੍ਰੇਲੀਆ ਅਗਰ ਆਪਾਂ ਪਿੱਛੇ ਝਾਤ ਮਾਰੀਏ ਤਾਂ 2009 ਤੱਕ, ਪਿਛਲੇ 2006 ਤੋਂ 2009 ਤੱਕ ਘੱਟ ਤੋਂ ਘੱਟ 4 ਲੱਖ ਤੋਂ ਉੱਪਰ ਵੀਜ਼ੇ ਇਸ਼ੂ ਕੀਤੇ ਸੀ, ਉਸ ਤੋਂ ਬਾਅਦ 2009 ਤੋਂ 2015 2014 ਤੱਕ ਬਿਲਕੁਲ ਵੀਜ਼ੇ ਬੰਦ ਕਰ ਦਿੱਤੇ ਸੀ। ਸੋ ਇਹੀ ਹੈ, ਸੋ ਬੇਸਿਕਲੀ
ਯੂ ਨੋ ਆਸਟ੍ਰੇਲੀਆ ਹੋ ਗਿਆ, ਯੂਕੇ ਹੋ ਗਿਆ, ਕੰਟਰੀਜ਼ ਜ਼ਿਆਦਾਤਰ ਵੋਲਿਊਮ ਵਿੱਚ ਬਿਲੀਵ ਕਰਦੀਆਂ, ਫਿਰ ਇੱਕ ਵਾਰੀ ਬੱਚੇ ਲੈ ਕੇ ਫਿਰ ਆਰਾਮ ਨਾਲ ਫਿਰ ਹੌਲੀ ਹੌਲੀ ਅੱਗੇ ਪ੍ਰੋਸੀਡ ਕਰਦੀਆਂ। ਸੋ ਘਬਰਾਉਣ ਵਾਲੀ ਗੱਲ ਨਹੀਂ ਹੈ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲੇ ਬੱਚੇ ਆਸਟ੍ਰੇਲੀਆ ਦਾ ਵੀਜ਼ਾ ਵੀ ਲੈ ਪਾਣਗੇ। ਪਰ ਹਾਂ, ਆਸਟ੍ਰੇਲੀਆ ਵਿੱਚ ਥੋੜ੍ਹੀ ਪ੍ਰੋਫਾਈਲਿੰਗ ਬੈਟਰ ਚਾਹੀਦੀ ਹੋਊਗੀ, 75% ਤੋਂ ਉੱਪਰ ਨੰਬਰ ਚਾਹੀਦੇ ਹੋਊਗੇ, 6 ਬੈਂਡ ਆਈਲੈਟਸ ਦੇ ਚਾਹੀਦੇ ਹੋਊਗੇ, 2015-16 ਬੱਚਾ ਪਾਸ ਆਊਟ ਚਾਹੀਦਾ ਹੋ। ਇਮੀਗ੍ਰੇਸ਼ਨ ਚਾਹੇ ਵੀਜ਼ਾ ਦੇ ਦੇਵੇ, ਪਰ ਪ੍ਰੋਬਲਮ ਇਸ ਵੇਲੇ ਮਨਦੀਪ ਜੀ ਕੀ ਹੈ ਕਿ ਯੂ ਨੋ ਕਾਲਜਾਂ ਨੇ ਔਰ ਯੂਨੀਵਰਸਿਟੀਆਂ ਨੇ ਦਾਖਲਾ ਹੀ ਨਹੀਂ ਦੇਣਾ। ਇਸ ਕਰਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਅਗਲੇ 4-6 ਮਹੀਨੇ ਥੋੜ੍ਹੀ ਜਿਹੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਜੁਲਾਈ ਤੋਂ ਬਾਅਦ ਹਾਲਾਤ ਸੁਧਰਨਗੇ, ਪੰਜਾਬ ਬੋਰਡ ਵਾਲੇ ਬੱਚੇ ਅਪਲਾਈ ਕਰ ਪਾਣਗੇ। ਮੀਨਵਾਈਲ CBSE ਔਰ ICSE ਵਾਲੇ ਬੱਚੇ ਯੂ ਨੋ ਆਸਟ੍ਰੇਲੀਆ ਸਟੂਡੈਂਟ ਵੀਜ਼ੇ ਲਈ ਅਪਲਾਈ ਕਰ ਸਕਦੇ ਹੈ। ਜਿਹੜੇ ਬੱਚਿਆਂ ਨੇ ਗ੍ਰੈਜੂਏਸ਼ਨ ਕੀਤੀ ਹੈ, BA, BCOM, BBA, BCA, BTEC, ਅਗਰ ਪੰਜਾਬ ਬੋਰਡ ਤੋਂ 12ਵੀਂ ਕੀਤੀ ਹੈ, ਤੁਸੀਂ 55% ਤੋਂ ਵੱਧ ਨਾਲ ਅਪਲਾਈ ਕਰ ਸਕਦੇ ਹੋ। ਸੋ ਗ੍ਰੈਜੂਏਟ ਬੱਚੇ ਉੱਪਰ ਕੋਈ ਪ੍ਰੋਬਲਮ ਨਹੀਂ, CBSE ਵਾਲਿਆਂ ਉੱਪਰ ਕੋਈ ਪ੍ਰੋਬਲਮ ਨਹੀਂ, ICSE ਵਾਲਿਆਂ ਉੱਪਰ ਕੋਈ ਪ੍ਰੋਬਲਮ ਨਹੀਂ, ਸਿਰਫ 12ਵੀਂ ਪੰਜਾਬ ਬੋਰਡ ਉੱਪਰ ਥੋੜ੍ਹੀ ਦੇਰ ਲਈ ਇਹ ਪ੍ਰੋਬਲਮ ਆਈ ਹੈ। ਪਰ ਹਾਂ, ਚੰਗੇ ਨੰਬਰਾਂ ਵਾਲੇ, ਚੰਗੇ ਬੈਂਡ ਵਾਲੇ ਪੰਜਾਬ ਬੋਰਡ ਵਾਲੇ ਬੱਚੇ ਵੀ ਵੀਜ਼ਾ ਲੈ ਸਕਦੇ ਹਨ। ਪਿਰਾਮਿਡ ਨਾਲ ਰਾਬਤਾ ਕਰੋ, 9953 9563 'ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਆਸਟ੍ਰੇਲੀਆ ਦਾ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ, ਪੰਜਾਬ ਬੋਰਡ ਵਿੱਚ ਕਿਵੇਂ ਆਸਟ੍ਰੇਲੀਆ ਦਾ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ। ਅਗਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਹੈ, ਤਾਂ ਇਹ ਸਟੋਰੀ ਦਾ ਐਂਡ ਨਹੀਂ ਹੈ। ਤੁਸੀਂ ਨਿਊਜ਼ੀਲੈਂਡ ਕਰ ਸਕਦੇ ਹੋ, USA ਕਰ ਸਕਦੇ ਹੋ, ਕੈਨੇਡਾ ਕਰ ਸਕਦੇ ਹੋ, ਇਹ ਸਾਰੀ ਕੰਟਰੀ ਸਾਡੇ ਲਈ ਓਪਨ ਹੈ, ਸਾਰੀ ਕੰਟਰੀ ਸਾਨੂੰ ਯੂ ਨੋ ਇਨਵਾਈਟ ਕਰ ਰਹੀਆਂ ਸਟੂਡੈਂਟ ਵੀਜ਼ਾ ਲਈ ਅਪਲਾਈ ਕਰਨ ਲਈ। ਸੋ ਨਿਊਜ਼ੀਲੈਂਡ ਵੱਲ ਨੂੰ ਆਵਾਂਗੇ, ਜਿਹੜਾ ਸਟੂਡੈਂਟ ਨਿਊਜ਼ੀਲੈਂਡ ਅਪਲਾਈ ਕਰ ਰਿਹਾ, ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਫੰਡ ਨੂੰ ਲੈ ਕੇ ਸੀ, ਫਾਈਨੈਂਸ਼ੀਅਲ ਵੈਰੀਫਿਕੇਸ਼ਨ ਕਹਿ ਲਓ, ਜਾਂ ਫੰਡਸ ਨਹੀਂ ਪਤਾ ਲੱਗ ਰਿਹਾ ਕਿਸ ਤਰ੍ਹਾਂ ਸ਼ੋਅ ਕਰਨੇ ਨੇ, ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਹੈ, ਜਾਂ ਫੰਡਸ ਕਰਕੇ ਜਿਹੜੀ ਰਿਜੈਕਸ਼ਨ ਆ ਰਹੀ ਕਿਵੇਂ ਬਚਿਆ ਜਾ ਸਕਦਾ? ਦੇਖੋ, ਸੋਰਸ ਆਫ ਫੰਡ ਬੇਸਿਕਲੀ ਉਹ ਮੰਗਦੇ ਆ। ਜੇ ਤੁਸੀਂ ਸੋਰਸ ਆਫ ਫੰਡ ਨੂੰ ਜਸਟੀਫਾਈ ਕਰ ਪਾਉਂਦੇ ਹੋ ਕਿ ਪੈਸਾ ਆਇਆ ਕਿੱਥੋਂ, ਤੇ ਨਿਊਜ਼ੀਲੈਂਡ ਦਾ ਕੱਲ ਵੀ ਸਾਡੇ 2 ਵੀਜ਼ੇ ਆਏ ਆ, ਪਿਛਲੇ ਹਫਤੇ 'ਚ 9 ਵੀਜ਼ੇ ਆ ਚੁੱਕੇ ਆ, ਸੋ ਕੋਈ ਪ੍ਰੋਬਲਮ ਨਹੀਂ ਹੈ, ਨਿਊਜ਼ੀਲੈਂਡ ਦਾ ਵੀਜ਼ਾ ਆ ਰਿਹਾ ਹੈ, ਸਿਰਫ ਫੰਡ ਨੂੰ ਜਸਟੀਫਾਈ ਕਰਨਾ ਜ਼ਰੂਰੀ ਹੈ। ਫੋਰ ਐਗਜ਼ਾਮਪਲ, ਉਹ ਕਹਿੰਦੇ ਆ ਕਿ ਆਪਾਂ ਯੂ ਨੋ ਜੇ ਫਾਰਮਸ ਨੂੰ ਐਕਸੈਪਟ ਨਹੀਂ ਕਰਾਂਗੇ। ਉਹ ਕਹਿੰਦੇ ਜੇ ਤੁਸੀਂ ਜੇ ਫਾਰਮ ਦੀ ਇਨਕਮ ਦਿਖਾਣੀ ਹੈ ਤਾਂ ਪੈਸਾ 6 ਮਹੀਨੇ ਪੁਰਾਣਾ ਕਰੋ, ਪਰ ਥਰਡ ਪਾਰਟੀ ਨੂੰ ਨਾ ਨਹੀਂ ਕਰ ਰਹੇ। ਸੋ ਜਿੱਥੋਂ ਵੀ ਫੰਡ ਅਰੇਂਜ ਹੁੰਦਾ ਹੈ, ਤੁਸੀਂ ਇਹ ਕੋਸ਼ਿਸ਼ ਕਰੋ ਕਿ ਪੁਰਾਣਾ ਹੋਣਾ ਚਾਹੀਦਾ ਹੈ ਜਾਂ ਪੈਸੇ ਦਾ ਸੋਰਸ ਹੋਣਾ ਚਾਹੀਦਾ ਹੈ। ਨਿਊਜ਼ੀਲੈਂਡ ਸਟੂਡੈਂਟ ਵੀਜ਼ਾ, ਵੀਜ਼ਾ ਕਿੱਦਾਂ ਲਿਆ ਜਾਵੇ, ਇਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਿਰਾਮਿਡ ਦੇ ਦਫ਼ਤਰ ਜਲੰਧਰ, ਲੁਧਿਆਣਾ, ਮੋਗਾ ਅਤੇ ਚੰਡੀਗੜ੍ਹ ਵਿੱਚ ਵਿਜ਼ਿਟ ਕਰੋ, ਖਾਸਕਰ ਜਿਨ੍ਹਾਂ ਬੱਚਿਆਂ ਦੇ ਆਸਟ੍ਰੇਲੀਆ ਵਿੱਚ ਵੀਜ਼ੇ ਰਿਫਿਊਜ਼ ਹੋਏ ਹੈ, ਜਿਨ੍ਹਾਂ ਬੱਚਿਆਂ ਦੇ ਯੂ ਨੋ ਆਸਟ੍ਰੇਲੀਆ ਵਿੱਚ ਰਿਕੁਆਇਰਮੈਂਟ ਮੀਟ ਨਾ ਹੋਣ ਕਰਕੇ ਜਾਂ ਸੋਰਸ ਆਫ ਫੰਡ ਨਾ ਮੀਟ ਹੋਣ ਕਰਕੇ ਔਰ ਵੀਜ਼ਾ ਰਿਫਿਊਜ਼ ਕਰ ਦਿੱਤਾ ਗਿਆ, ਨਿਊਜ਼ੀਲੈਂਡ ਇੱਕ ਬਹੁਤ ਅੱਛੀ ਡੈਸਟੀਨੇਸ਼ਨ ਹੈ, ਸਾਲ 2 ਸਾਲ ਨਿਊਜ਼ੀਲੈਂਡ ਵਿੱਚ ਲਗਾ ਕੇ PR ਲੈ ਕੇ ਤੁਸੀਂ ਅੱਗੇ ਆਸਟ੍ਰੇਲੀਆ ਮੂਵ ਕਰ ਸਕਦੇ ਹੋ, ਇਨਫੈਕਟ ਪੂਰੀ ਦੁਨੀਆ ਵਿੱਚ ਕਿਤੇ ਵੀ ਮੂਵ ਕਰ ਸਕਦੇ ਹੋ, ਕਿਉਂਕਿ ਨਿਊਜ਼ੀਲੈਂਡ ਦੇ ਪੱਕੇ ਵਸਨੀਕ ਨੂੰ ਪੂਰੀ ਦੁਨੀਆ ਇਨਵਾਈਟ ਕਰਦੀ ਹੈ, ਪੂਰੀ ਦੁਨੀਆ ਬੁਲਾਉਂਦੀ ਹੈ। ਫਾਈਨੈਂਸ਼ੀਅਲ ਦੇ ਨਾਲ ਨਾਲ ਅਕੈਡਮਿਕ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਕੋਈ ਸਖਤਾਈ ਦੇਖਣ ਨੂੰ ਮਿਲ ਰਹੀ, ਜਾਂ ਕਿਸ ਤਰ੍ਹਾਂ ਦਾ ਬੱਚਾ ਜਿਹੜਾ 2014 ਦਾ ਕੁਲਦੀਪ ਯੂ ਨੋ ਵੀਜ਼ਾ ਆਇਆ ਹੈ 58% ਨੰਬਰਾਂ ਦੇ ਨਾਲ, ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈ। ਸੋਰਸ ਆਫ ਫੰਡ ਉੱਪਰ ਅਗਰ ਤੁਸੀਂ ਕਲੈਰਿਟੀ ਦੇ ਰਹੇ ਹੋ, ਤਾਂ ਐਡਮਿਸ਼ਨ ਰਿਕੁਆਇਰਮੈਂਟ ਜਾਂ ਪਰਸੈਂਟੇਜ ਦੇ ਉੱਪਰ ਕੋਈ ਜ਼ਿਆਦਾ ਲੰਬੀ ਚੌੜੀ ਪ੍ਰੋਬਲਮ ਨਹੀਂ ਹੈ। ਇੱਕ ਚੀਜ਼ ਹੋਰ ਜਿਹੜੀ ਦੇਖਣ ਨੂੰ, ਮੇਰੇ ਇੰਟਰਵਿਊ ਆ ਰਹੀ ਨਿਊਜ਼ੀਲੈਂਡ ਵਾਲੇ ਸਟੂਡੈਂਟ ਦੀ, ਇੰਟਰਵਿਊ ਲੈ ਕੇ ਸਟੂਡੈਂਟ ਵੀ ਕੁਐਰੀ ਕਰ ਰਿਹਾ, ਡਰਿਆ ਵੀ ਸਟੂਡੈਂਟ, ਕਿਉਂਕਿ ਇੰਟਰਵਿਊ 'ਚ ਕਿਤੇ ਨਾ ਕਿਤੇ ਰਿਜੈਕਸ਼ਨ ਦੇ ਚਾਂਸ ਵੱਧ ਜਾਂਦੇ ਨੇ, ਸਟੂਡੈਂਟ ਵੀ ਇਹੀ ਸੋਚਦਾ ਕਿ ਹੁਣ ਰਿਜੈਕਸ਼ਨ ਆਏਗੀ, ਸੋ ਕਿਸ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਇੰਟਰਵਿਊ? ਸੋ ਪਿਰਾਮਿਡ ਈ ਸਰਵਿਸਿਜ਼, ਪਹਿਲੀ ਗੱਲ ਤਾਂ ਨਿਊਜ਼ੀਲੈਂਡ ਸਟੂਡੈਂਟ ਵੀਜ਼ਾ ਲਈ ਕੋਈ ਚਾਰਜਸ ਨਹੀਂ ਲੈਂਦਾ, ਔਰ ਸੋਨੇ ਤੋਂ ਸੁਹਾਗਾ, ਇੰਟਰਵਿਊ ਦੀ ਤਿਆਰੀ ਲਈ ਵੀ ਕੋਈ ਪੈਸੇ ਆਪਾਂ ਚਾਰਜ ਨਹੀਂ ਕਰਦੇ। ਸੋ ਜੇ ਤੁਸੀਂ ਨਿਊਜ਼ੀਲੈਂਡ ਵਿੱਚ ਸਟੂਡੈਂਟ ਵੀਜ਼ਾ ਲੈਣਾ ਚਾਹੁੰਦੇ ਹੋ, ਇੰਟਰਵਿਊ ਸਭ ਤੋਂ ਇੰਪੋਰਟੈਂਟ ਇੱਕ ਕੰਪੋਨੈਂਟ ਹੈ, ਕਿਉਂਕਿ ਇੰਟਰਵਿਊ ਰਾਹੀਂ ਉਹ ਸਮਝਣ ਦੀ ਕੋਸ਼ਿਸ਼ ਕਰਦੇ ਕਿ ਤੁਸੀਂ ਪੈਸਾ ਕਿੱਥੋਂ ਅਰੇਂਜ ਕੀਤਾ, ਤੁਸੀਂ ਨਿਊਜ਼ੀਲੈਂਡ ਕਿਉਂ ਜਾਣਾ ਚਾਹੁੰਦੇ ਹੋ, ਇਹ ਤੁਸੀਂ ਕੋਰਸ ਕਿਉਂ ਚੂਜ਼ ਕੀਤਾ ਹੈ। ਸੋ ਉਹਦੀ ਤਿਆਰੀ ਆਪਾਂ ਤੁਹਾਨੂੰ ਕਰਾਵਾਂਗੇ, ਸਾਡੇ ਵੀਜ਼ਾ ਕਾਉਂਸਲਰ ਤੁਹਾਨੂੰ ਉਹਦੀ ਤਿਆਰੀ ਕਰਵਾਉਣਗੇ, ਔਰ ਮੈਂ ਵਾਅਦਾ ਕਰਦਾ ਕਿ ਨਿਊਜ਼ੀਲੈਂਡ ਸਟੂਡੈਂਟ ਵੀਜ਼ਾ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ। ਜੇ ਤੁਸੀਂ 2015 ਔਰ 2016 ਪਾਸ ਆਊਟ ਹੋ, 2014 ਜੇ ਪਾਸ ਆਊਟ ਹੋ, ਘੱਟ ਤੋਂ ਘੱਟ 65% ਨੰਬਰ ਚਾਹੀਦੇ ਹੈ। ਜੇ 2015 ਪਾਸ ਆਊਟ ਹੋ, ਤਾਂ ਘੱਟ ਤੋਂ ਘੱਟ 55% ਨੰਬਰ ਚਾਹੀਦੇ ਹੈ। ਯੂ ਨੋ 5.5 ਬੈਂਡ ਈਚ ਮੋਡਿਊਲ, 5 ਬੈਂਡ ਐਕਸੈਪਟੇਬਲ ਹੈ। ਸੋਰਸ ਆਫ ਫੰਡ ਯੂ ਨੋ ਇੱਕ ਦਿਨ ਪੁਰਾਣਾ ਵੀ ਚੱਲੇਗਾ, ਪਰ ਐਟ ਦ ਸੇਮ ਟਾਈਮ ਪੈਸਾ ਕਿੱਥੋਂ ਆਇਆ ਇਸ ਬਾਰੇ ਸਾਨੂੰ ਜਾਣਕਾਰੀ ਦੇਣ ਦੀ ਲੋੜ ਪਏਗੀ। ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਕਿੱਦਾਂ ਕਰਨਾ ਹੈ, ਕਿੱਦਾਂ ਫੰਡ ਨੂੰ ਮੈਨੇਜ ਕਰਨਾ ਹੈ। ਅਲਟੀਮੇਟਲੀ ਆਪਣੇ ਸਾਡੇ ਸਾਰਿਆਂ ਕੋਲ ਪੈਸੇ ਹੁੰਦੇ ਹੈ, ਪਰ ਉਹਨੂੰ ਅਰੇਂਜ ਨਹੀਂ ਆਪਾਂ ਕਰ ਪਾਉਂਦੇ, ਨਾ ਹੀ ਸਾਨੂੰ ਕੰਸਲਟੈਂਟ ਗਾਈਡ ਕਰ ਪਾਉਂਦੇ ਹੈ। ਇਸ ਕਰਕੇ ਪੈਸਾ ਕਿੱਦਾਂ ਅਰੇਂਜ ਕਰਨਾ ਹੈ ਇਸ ਬਾਰੇ ਵੀ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ, ਕਿੱਦਾਂ ਫੰਡ ਨੂੰ ਨਿਊਜ਼ੀਲੈਂਡ ਦੀ ਐਕਸਪੈਕਟੇਸ਼ਨ ਦੇ ਮੁਤਾਬਿਕ ਆਪਾਂ ਆਪਣੇ ਆਪ ਨੂੰ ਯੂਨੋ ਫੰਡ ਉਹਨਾਂ ਨੂੰ ਸ਼ੋਅ ਕਰਨੇ ਹੈ। ਸੋ ਨਿਊਜ਼ੀਲੈਂਡ ਸਟੂਡੈਂਟ ਵੀਜ਼ਾ ਲਈ ਤੁਸੀਂ ਪਿਰਾਮਿਡ ਡੀ ਸਬਸ ਨਾਲ ਰਾਬਤਾ ਕਰ ਸਕਦੇ ਹੋ, 9953
63 92563 92563 ਔਰ ਨਿਊਜ਼ੀਲੈਂਡ ਜਾਣ ਦਾ ਸੁਪਨਾ ਆਪਾਂ ਤੁਹਾਡਾ ਜ਼ਰੂਰ ਸਾਕਾਰ ਕਰਾਂਗੇ। ਸੋ ਬਹੁਤ ਵਧੀਆ ਗੱਲ ਦੱਸੀ ਕਿ ਫੰਡ ਹੁੰਦੇ ਹੋਏ ਵੀ ਕਾਫੀ ਸਾਰੇ ਸਟੂਡੈਂਟ ਇਸ ਤਰ੍ਹਾਂ ਦੇ ਨੇ ਜਿਹੜੇ ਫੰਡ ਸ਼ੋਅ ਨਹੀਂ ਕਰ ਪਾਉਂਦੇ ਜਾਂ ਗਲਤ ਤਰੀਕੇ ਨਾਲ ਸ਼ੋਅ ਕਰਦੇ ਨੇ ਜਿਸ ਕਰਕੇ ਉਹਨਾਂ ਦੀ ਰਿਜੈਕਸ਼ਨ ਆ ਜਾਂਦੀ ਹੈ। ਆਸਟ੍ਰੇਲੀਆ ਤੋਂ ਜਿਹੜਾ ਸਟੂਡੈਂਟ ਰਿਜੈਕਟ ਹੋਇਆ ਹੁਣ ਨਿਊਜ਼ੀਲੈਂਡ ਅਪਲਾਈ ਕਰਨਾ ਚਾਹੁੰਦਾ ਹੈ, ਕੀ ਫਰਕ ਰਹੇਗਾ ਪ੍ਰੋਸੀਜਰ ਦੇ ਵਿੱਚ ਜਾਂ ਕੀ ਸਕਸੈਸ ਰੇਟ ਰਹੇਗਾ ਉਸ ਲਈ? ਜੇ ਤਾਂ ਬੱਚੇ ਦੇ ਨੰਬਰ ਚੰਗੇ ਹੈ, ਯੂ ਨੋ ਅਗੇਨ 55% ਨੰਬਰ ਤੋਂ ਤੁਹਾਡੇ ਉੱਪਰ ਹੈ ਔਰ ਤੁਸੀਂ 2015 ਪਾਸ ਆਊਟ ਹੋ, ਪੰਜਾਬ ਸਕੂਲ ਐਜੂਕੇਸ਼ਨ ਤੁਸੀਂ ਬੋਰਡ ਪਾਸ ਆਊਟ ਹੋ, ਨਿਊਜ਼ੀਲੈਂਡ ਲਈ ਸਾਡੇ ਕੋਲ ਆਓ, ਆਪਾਂ ਤੁਹਾਡਾ ਵੀਜ਼ਾ ਲੈ ਕੇ ਦੇਵਾਂਗੇ। ਮੈਂ ਤੁਹਾਨੂੰ ਚੈਲੇਂਜ ਦਿੰਦਾ ਔਰ ਅਗੇਨ ਫੰਡ ਦੀ ਰਿਕੁਆਇਰਮੈਂਟ ਜ਼ਰੂਰ ਰਹੇਗੀ, ਉਹ ਆਪਾਂ ਫੰਡ ਚੈੱਕ ਲਿਸਟ ਸਾਡੇ ਹਿਸਾਬ ਨਾਲ ਆਪਾਂ ਇੱਕ ਵਾਰੀ ਮੈਚ ਕਰਾਂਗੇ। ਜੇ ਤੁਹਾਡੀ ਫੰਡ ਦੀ ਰਿਕੁਆਇਰਮੈਂਟ ਮੈਚ ਹੋ ਗਈ ਤਾਂ ਡੈਫੀਨੇਟਲੀ ਵੀਜ਼ਾ ਆਏਗਾ, ਇੰਟਰਵਿਊ ਦੇ ਬੇਸ 'ਤੇ ਆਪਾਂ ਤੁਹਾਡਾ ਕੇਸ ਰਿਫਿਊਜ਼ ਨਹੀਂ ਹੋਣ ਦੇਵਾਂਗੇ। ਇਹੋ ਜਿਹੇ ਕੇਸਿਸ ਆਪਾਂ ਕਢਵਾਏ ਹੈ ਨਿਊਜ਼ੀਲੈਂਡ ਲਈ ਜਿਹੜੇ ਬੱਚਿਆਂ ਨੂੰ ਹਰ ਜਗ੍ਹਾ ਤੋਂ ਨਾ ਹੋ ਚੁੱਕੀ ਸੀ। ਸੋ ਅਗੇਨ ਨਿਊਜ਼ੀਲੈਂਡ ਵਿੱਚ ਕਿਸੇ ਗਲਤ ਹੱਥਾਂ ਵਿੱਚ ਫਸ ਕੇ ਗਲਤ ਇਸ਼ਤਿਹਾਰ ਦੇਖ ਕੇ ਯੂ ਨੋ ਮਨ ਲੁਭਾਵਨੀਆਂ। ਸੋ ਕਈ ਲੋਕ ਕਹਿੰਦੇ ਨਿਊਜ਼ੀਲੈਂਡ ਦਾ ਨਾ ਲੈਪਟਾਪ ਫਰੀ ਦੇਵਾਂਗੇ, ਜਦੋਂ ਵੀਜ਼ਾ ਆ ਜਾਂਦਾ ਤਾਂ ਲੈਪਟਾਪ ਫਰੀ ਦਾ ਬਹੁਤ ਦੂਰ ਦੀ ਗੱਲ ਹੈ ਜੀ, 2-2 ਲੱਖ ਰੁਪਏ ਚਾਰਜ ਕਰਦੇ ਹੈ। ਇਸ ਕਰਕੇ ਇੱਦਾਂ ਦੀਆਂ ਐਡਵਰਟਾਈਜ਼ਮੈਂਟਸ ਤੋਂ ਬਚੋ। ਮਕਸਦ ਹੋਣਾ ਚਾਹੀਦਾ ਹੈ ਚੰਗੇ ਕਾਲਜ ਵਿੱਚ ਦਾਖਲਾ ਲੈਣਾ, ਮਕਸਦ ਹੋਣਾ ਚਾਹੀਦਾ ਹੈ ਚੰਗੀ ਪੜ੍ਹਾਈ ਕਰਨਾ, ਮਕਸਦ ਹੋਣਾ ਚਾਹੀਦਾ ਹੈ ਚੰਗੇ ਮੁਲਕ ਵਿੱਚ ਜਾਣਾ। ਇਹ 10-20 ਹਜ਼ਾਰ ਦੇ ਲਾਲਚ ਪਿੱਛੇ ਆਪਣੇ ਲੱਖਾਂ ਰੁਪਏ ਖਰਾਬ ਨਾ ਕਰਿਆ ਕਰੋ। 10-20 ਹਜ਼ਾਰ ਦੇ ਲਾਲਚ ਪਿੱਛੇ ਚੰਗੇ ਕੰਸਲਟੈਂਟ ਨੂੰ ਛੱਡ ਕੇ ਮਾੜੇ ਕੰਸਲਟੈਂਟ ਤੋਂ ਆਪਣਾ ਕੇਸ ਖਰਾਬ ਕਰਨ ਤੋਂ ਯੂ ਨੋ ਸਾਨੂੰ ਬਚਣਾ ਚਾਹੀਦਾ ਹੈ। ਇੱਕ ਹੋਰ ਜਿਹੜੀ ਚੀਜ਼ ਸੀ, ਪਿਰਾਮਿਡ ਗਰੁੱਪ ਦੇ ਵਿੱਚ ਕਾਲਜ ਵੀ ਇੱਕ ਐਡ ਕੀਤਾ ਗਿਆ, ਆਇਲਸ ਦੀ ਸਰਵਿਸ ਦੇ ਰਹੇ ਸੀ, ਸਟੂਡੈਂਟ ਵੀਜ਼ਾ ਦੀ ਸਰਵਿਸ ਦੇ ਰਹੇ ਸੀ, ਹੁਣ ਕਾਲਜ ਵੀ ਇੱਕ ਐਡ ਕੀਤਾ, ਕੁਝ ਕਾਲਜ ਬਾਰੇ ਦੱਸੋ ਅਤੇ ਕਿਵੇਂ ਇਸ ਚੀਜ਼ ਦੀ ਲੋੜ ਮਹਿਸੂਸ ਕੀਤੀ ਗਈ? ਸੋ ਕੁਲਦੀਪ ਜੀ, ਪਹਿਲੀ ਗੱਲ ਤਾਂ ਯੂ ਨੋ ਮੇਰੇ ਫਾਦਰ ਸਾਹਿਬ ਹੈੱਡ ਆਫ ਦ ਡਿਪਾਰਟਮੈਂਟ ਰਹਿ ਚੁੱਕੇ ਹੈ ਪੋਲੀਟੀਕਲ ਸਾਇੰਸਿਸ ਸਬਜੈਕਟ ਦੇ, ਦੁਆਬਾ ਕਾਲਜ ਜਲੰਧਰ ਵਿੱਚ ਉਹਨਾਂ ਨੇ 35 ਸਾਲ ਸਰਵਿਸ ਕੀਤੀ ਹੈ, ਯੂ ਨੋ 38 ਸਾਲ ਦੀ ਟੋਟਲ ਸਰਵਿਸ ਹੈ, ਉਹਦੇ ਵਿੱਚੋਂ ਯੂ ਨੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਔਰ ਯੂ ਨੋ ਦੁਆਬਾ ਕਾਲਜ ਵਿੱਚ ਉਹ ਐਜ਼ ਅ ਹੈੱਡ ਆਫ ਡਿਪਾਰਟਮੈਂਟ ਪੋਲੀਟੀਕਲ ਸਾਇੰਸਿਸ ਡਿਪਾਰਟਮੈਂਟ, ਸੋ ਐਜੂਕੇਸ਼ਨਿਸਟ ਬੇਸਿਕਲੀ ਸੀ ਉਹ। ਬਹੁਤ ਦੇਰ ਤੋਂ ਐਜੂਕੇਸ਼ਨ ਦੀ ਫੀਲਡ ਵਿੱਚ ਸੀ, ਬੱਚਿਆਂ ਦੀ ਲੋੜ ਸਮਝਦੇ ਹੋਏ ਇਮੀਗ੍ਰੇਸ਼ਨ ਦੀ ਉਹਨਾਂ ਨੇ ਸ਼ੁਰੂਆਤ ਕਰਵਾਈ। ਮੈਨੂੰ ਇਨਸਿਸਟ ਕੀਤਾ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਇਸ ਵੇਲੇ ਧੋਖਾ ਜਿਹੜਾ ਚੱਲ ਰਿਹਾ ਹੈ, ਜਿਹੜੇ ਯੂ ਨੋ ਮਿਸਯੂਜ਼ ਕੀਤਾ ਜਾ ਰਿਹਾ, ਬੱਚਿਆਂ ਦੇ ਫੰਡਸ ਨੂੰ ਮਿਸਯੂਜ਼ ਕੀਤਾ ਜਾ ਰਿਹਾ ਜਾਂ ਬੱਚਿਆਂ ਦੇ ਭਵਿੱਖਾਂ ਨਾਲ ਯੂ ਨੋ ਖਿਲਵਾੜ ਕੀਤਾ ਜਾ ਰਿਹਾ। ਸੋ ਇਸ ਕਰਕੇ ਮੈਂ ਆਪ ਯੂ ਨੋ ਇੰਜੀਨੀਅਰਿੰਗ ਕਰਨ ਤੋਂ ਬਾਅਦ ਵਿਪਰੋ ਕੰਪਨੀ ਵਿੱਚ ਜੋਬ ਕਰਨ ਗਿਆ, ਟੌਪ ਦੀ ਆਈ ਟੀ ਕੰਪਨੀ, ਉੱਥੇ ਮੈਂ ਜੋਬ ਕੀਤੀ, ਫੋਰਨ ਅਸਾਈਨਮੈਂਟਸ ਲਈਆਂ, ਇਸ ਲਈ ਮੈਂ ਵਾਪਸ ਆਇਆ ਸਾਲ 2005 ਵਿੱਚ ਆ ਕੇ। ਯੂ ਨੋ ਬੱਚਿਆਂ ਦਾ ਫਾਇਦਾ ਹਿੱਤ ਦੇਖਦੇ ਹੋਏ ਆਪਾਂ ਇਮੀਗ੍ਰੇਸ਼ਨ ਕੰਪਨੀ ਦੀ ਸ਼ੁਰੂਆਤ ਕੀਤੀ, ਸਟੂਡੈਂਟ ਵੀਜ਼ਾ ਦੇ ਭੇਜਣਾ ਸ਼ੁਰੂ ਕੀਤਾ, ਆਈਲੈਟਸ ਕਰਵਾਉਣੀ ਸ਼ੁਰੂ ਕੀਤੀ। ਔਰ ਬਹੁਤ ਦੇਰ ਤੋਂ ਮੇਰੇ ਫਾਦਰ ਸਾਹਿਬ ਮੈਨੂੰ ਇਹ ਚੀਜ਼ ਕਹਿੰਦੇ ਸੀ ਕਿ ਯੂ ਨੋ ਡਿਗਰੀਆਂ ਤਾਂ ਲੋਕ ਕਰਵਾ ਰਹੇ ਹੈ ਪਰ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਸੋ ਇਹੋ ਜਿਹਾ ਕੁਝ ਕੀਤਾ ਜਾਵੇ ਜਿਹਦੀ ਡਿਗਰੀ ਦੀ ਬੁੱਕਤ ਪਵੇ, ਯੂ ਨੋ ਇਹੋ ਜਿਹਾ ਕੁਝ ਕੀਤਾ ਜਾਵੇ ਜਿਸ ਤੋਂ ਬਾਅਦ ਡਿਗਰੀ ਤੋਂ ਬਾਅਦ ਬੱਚਿਆਂ ਨੂੰ ਇੱਥੇ ਨੌਕਰੀਆਂ ਵੀ ਮਿਲਣ ਹਿੰਦੁਸਤਾਨ ਵਿੱਚ। ਔਰ ਜੇ ਜਿਹੜਾ ਬੱਚਾ ਨੌਕਰੀ ਚਾਹੁੰਦਾ ਉਹਨੂੰ ਨੌਕਰੀ ਮਿਲੇ, ਜਿਹੜਾ ਬੱਚਾ ਵਿਦੇਸ਼ ਪੜ੍ਹਨ ਜਾਣਾ ਚਾਹੁੰਦਾ ਹੈ ਡਿਗਰੀ ਤੋਂ ਬਾਅਦ, ਉਹਨੂੰ ਬਾਹਰ ਜਾਣ ਦੇ ਮੌਕੇ ਮਿਲਣ। ਸੋ ਉਹਨਾਂ ਦੀ ਸੋਚ ਸਦਕਾ ਯੂ ਨੋ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਦੀ ਸ਼ੁਰੂਆਤ ਹੋਈ ਹੈ, ਇਸੀ ਸਾਲ ਇਹ ਕਾਲਜ ਦੀ ਸ਼ੁਰੂਆਤ ਹੋਈ ਹੈ। ਪਹਿਲੇ ਇਹਦਾ ਨਾਮ GNAIMTC ਫਗਵਾੜਾ ਵਿੱਚ ਇਹ ਕਾਲਜ ਸਿਚੁਏਟਡ ਹੈ, 10 ਸਾਲ ਤੋਂ ਇਹ ਕਾਲਜ ਚੱਲ ਰਿਹਾ ਸੀ ਪਰ ਹੁਣ ਇਹਦਾ ਨਾਮ ਚੇਂਜ ਹੋ ਗਿਆ ਹੈ, ਪਿਰਾਮਿਡ ਦੀ ਮੈਨੇਜਮੈਂਟ ਆ ਗਈ ਹੈ, ਨਾਮ ਹੋ ਗਿਆ ਹੈ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ। ਸੋ ਉਹਨਾਂ ਬੱਚਿਆਂ ਲਈ ਹੈ ਜਿਹੜੇ ਇੰਡੀਆ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹੈ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਨਾਲ ਇਹ ਕਾਲਜ ਐਫੀਲੀਏਟਡ ਹੈ। ਯੂ ਨੋ MBA ਪ੍ਰੋਗਰਾਮ 2 ਸਾਲ ਦਾ ਕਰਵਾਇਆ ਜਾ ਰਿਹਾ ਇਸ ਕਾਲਜ ਵਿੱਚ, ਜਿਹੜੇ ਬੱਚੇ ਇੰਡੀਆ ਵਿੱਚ MBA ਕਰਨਾ ਚਾਹੁੰਦੇ ਹੈ ਪਰ ਇੰਟਰਨੈਸ਼ਨਲ ਐਕਸਪੋਜ਼ਰ ਵੀ ਚਾਹੁੰਦੇ ਹੈ, ਜਿਵੇਂ ਕਿ 20 ਤਰੀਕ ਨੂੰ ਹੁਣ ਇੱਕ ਸੈਮੀਨਾਰ ਦਾ ਆਯੋਜਨ ਹੋਇਆ ਸੀ ਜਿਹਦੇ ਵਿੱਚ ਯੂਨੀਵਰਸਿਟੀ ਆਫ ਵੈਸਟਰਨ ਓਨਟੈਰੀਓ ਕੈਨੇਡਾ ਦੀ ਹੈ ਯੂਨੀਵਰਸਿਟੀ, ਯੂ ਨੋ ਜਿਹੜੇ ਐਗਜ਼ਿਸਟਿੰਗ GNA ਦੇ ਮੈਨੇਜਮੈਂਟ ਸਟੂਡੈਂਟ ਸੀ ਉਹਨਾਂ ਦੀ ਸਮਰ ਇੰਟਰਨਸ਼ਿਪ ਪ੍ਰੋਗਰਾਮ ਲਈ ਸਾਡੇ ਕੋਲ ਆਈ ਸੀ। ਸੋ ਤੁਸੀਂ ਬਿਲੀਵ ਕਰੋ, ਵੱਖਰੇ ਵੱਖਰੇ ਕਾਲਜਾਂ ਤੋਂ ਬੱਚੇ ਚੱਲ ਕੇ ਆਏ, ਕੋਈ ਖਾਲਸਾ ਕਾਲਜ ਤੋਂ, ਕੋਈ ਲਵਲੀ ਤੋਂ, ਕੋਈ DAV ਤੋਂ, ਜਿਹੜੋ ਕਿ ਜਿਹਨਾਂ ਨੇ ਇੰਟਰਸਟ ਸ਼ੋਅ ਕੀਤਾ ਇਸ ਸਮਰ ਇੰਟਰਨਸ਼ਿਪ ਪ੍ਰੋਗਰਾਮ ਦਾ। 1 ਮਹੀਨੇ ਦਾ ਪ੍ਰੋਗਰਾਮ ਹੈ, ਗਰਮੀਆਂ ਦੀ ਛੁੱਟੀਆਂ ਵਿੱਚ ਜਿਹੜੇ ਬੱਚੇ ਮੈਨੇਜਮੈਂਟ ਦੇ ਪ੍ਰੋਗਰਾਮ ਪੜ੍ਹਾਈ ਕਰ ਰਹੇ ਹੈ, MBA ਕਰ ਰਹੇ ਹੈ, BBA ਕਰ ਰਹੇ ਹੈ, BCOM ਕਰ ਰਹੇ ਹੈ, ਉਹ ਪੜ੍ਹਾਈ ਦੇ ਦੌਰਾਨ 1 ਮਹੀਨੇ ਦਾ ਇਸ ਸਮਰ ਇੰਟਰਨਸ਼ਿਪ ਪ੍ਰੋਗਰਾਮ ਕਰਨ ਜਾ ਸਕਦੇ ਹੈ ਕੈਨੇਡਾ ਦੇ ਵਿੱਚ। ਵੀਜ਼ਾ ਵੀ ਆਏਗਾ ਔਰ ਉੱਥੇ ਜਾ ਕੇ ਤੁਹਾਨੂੰ ਕੁਝ ਕ੍ਰੈਡਿਟਸ ਵੀ ਮਿਲਣਗੇ ਪੜ੍ਹਾਈ ਦੇ, ਜਿਸ ਤੋਂ ਬਾਅਦ ਅਗਰ ਤੁਸੀਂ ਕੈਨੇਡਾ ਵਿੱਚ ਪੜ੍ਹਾਈ ਸ਼ੁਰੂ ਕਰਦੇ ਹੋ ਉਹ ਤੁਹਾਨੂੰ ਮਾਫ਼ ਹੋਏਗੀ, ਪੜ੍ਹਾਈ ਵਿੱਚੋਂ 2-4 ਕ੍ਰੈਡਿਟਸ ਮਾਫ਼ ਹੋਣਗੇ। ਸੋ
ਇੱਕ ਮਹੀਨੇ ਦੇ ਟੂਰ ਵਿੱਚ ਤੁਸੀਂ ਬੱਚੇ ਇੰਡਸਟਰੀਜ਼ ਵਿੱਚ ਮਿਲਵਾਉਂਦੇ ਆ, ਯੂਨੀਵਰਸਿਟੀਜ਼ ਵਿੱਚ ਪੜ੍ਹਾਈ ਕਰਵਾਉਂਦੇ ਆ, ਕੈਨੇਡਾ ਘੁੰਮਾਉਂਦੇ ਆ। ਸੋ ਇਹ ਸਮਰ ਇੰਟਰਨਸ਼ਿਪ ਪ੍ਰੋਗਰਾਮ ਕੀਤਾ ਗਿਆ ਸੀ ਪਿਰਾਮਿਡ ਕਾਲਜ ਵਿੱਚ, ਜਿਹਦੇ ਵਿੱਚ ਸਾਨੂੰ ਭਰਵਾਂ ਹੁੰਗਾਰਾ ਮਿਲਿਆ, ਬਹੁਤ ਸਾਰੇ ਬੱਚੇ ਵੱਖਰੇ ਵੱਖਰੇ ਕਾਲਜਾਂ ਤੋਂ ਆਏ। ਸੋ ਜੇ ਆਪਾਂ ਬਾਕੀ ਕਾਲਜਾਂ ਦੇ ਬੱਚੇ ਭੇਜ ਸਕਦੇ ਹਾਂ, ਜਿਹੜੇ ਸਾਡੇ ਆਪਣੇ ਬੱਚੇ ਸਾਡੇ ਕੋਲ MBA ਕਰਨ ਆ ਰਹੇ ਹੈ, BBA ਕਰਨ ਆ ਰਹੇ ਹੈ, BCOM ਕਰਨ ਆ ਰਹੇ ਹੈ, ਤੁਸੀਂ ਕੁਲਦੀਪ ਜੀ ਸੋਚ ਸਕਦੇ ਹੋ ਕਿ ਉਹਨਾਂ ਬੱਚਿਆਂ ਨੂੰ ਆਪਾਂ ਕਿੱਦਾਂ ਦੀ ਓਪਰਚੁਨਿਟੀਜ਼ ਦੇਵਾਂਗੇ। MBA ਕਰੂਗੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ, ਪਰ ਐਕਸਪੋਜ਼ਰ ਮਿਲੂਗਾ ਕੈਨੇਡਾ ਦਾ। MBA ਕਰੂਗੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ, ਪਰ ਐਕਸਪੋਜ਼ਰ ਮਿਲੂਗਾ USA ਦਾ, ਆਸਟ੍ਰੇਲੀਆ ਦਾ, ਨਿਊਜ਼ੀਲੈਂਡ ਦਾ। ਸੋ MBA ਪ੍ਰੋਗਰਾਮ ਇਸ ਕਾਲਜ ਵਿੱਚ ਚੱਲ ਰਿਹਾ ਹੈ 2 ਸਾਲ ਦਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ। ਇਹ ਤੋਂ ਬਾਅਦ BBA ਔਰ BCOM ਪ੍ਰੋਗਰਾਮ ਵੀ ਚੱਲ ਰਿਹਾ ਹੈ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ। BCA ਔਰ MSc IT ਪ੍ਰੋਗਰਾਮ ਵੀ ਚੱਲ ਰਿਹਾ ਹੈ। ਇਹ ਤੋਂ ਇਲਾਵਾ ਹੋਸਪਿਟੈਲਿਟੀ ਦਾ 3 ਸਾਲ ਦਾ ਹੋਟਲ ਐਂਡ ਕੇਟਰਿੰਗ ਮੈਨੇਜਮੈਂਟ ਹੋਸਪਿਟੈਲਿਟੀ ਪ੍ਰੋਗਰਾਮ ਲਈ ਆਪਾਂ ਮਲੇਸ਼ੀਆ ਔਰ ਦੁਬਈ ਦੇ ਵਿੱਚ ਟਾਈ ਅਪ ਵੀ ਕੀਤੇ ਹੈ ਕਿ ਬੱਚਾ ਉੱਥੇ ਜਾ ਕੇ ਇੰਟਰਨਸ਼ਿਪ ਕਰਨ ਜਾਏਗਾ। ਸੋ ਜਿੱਥੇ ਬੱਚਾ ਸਿਰਫ 3 ਸਾਲ ਦੀ ਡਿਗਰੀ ਹਿੰਦੁਸਤਾਨ ਵਿੱਚ ਕਰ ਰਿਹਾ ਸੀ, ਆਪਾਂ ਸਿੱਖਿਆ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੜ੍ਹਾਈ ਦੇ ਨਾਲ ਨਾਲ ਉਹਨੂੰ ਪ੍ਰੈਕਟੀਕਲ ਐਕਸਪੀਰੀਅੰਸ ਮਿਲੇ। ਸਿੱਖਿਆ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੜ੍ਹਾਈ ਤੋਂ ਬਾਅਦ ਬੱਚੇ ਨੂੰ ਨੌਕਰੀ ਮਿਲੇ, ਇਕੱਲੀ ਡਿਗਰੀ ਉਹਦੇ ਹੱਥ ਵਿੱਚ ਨਾ ਹੋਵੇ, ਡਿਗਰੀ ਤੋਂ ਬਾਅਦ ਉਹਦੇ ਹੱਥ ਵਿੱਚ ਜੌਬ ਆਫਰ ਵੀ ਹੋਵੇ। ਇਸ ਮਕਸਦ ਦੇ ਨਾਲ ਪਿਰਾਮਿਡ ਐਜੂਕੇਸ਼ਨ ਦੀ ਫੀਲਡ ਵਿੱਚ ਉਤਰਿਆ ਹੈ। ਮੇਰੇ ਫਾਦਰ ਪ੍ਰੋਫੈਸਰ ਜਤਿੰਦਰ ਸਿੰਘ ਬੇਦੀ ਇਸ ਕਾਲਜ ਦੇ ਪ੍ਰਧਾਨ ਰਹਿਣਗੇ ਔਰ ਕਾਲਜ ਉਹਨਾਂ ਦੀ ਦੇਖ ਰੇਖ ਵਿੱਚ ਚੱਲੇਗਾ, ਉਹਨਾਂ ਦੀ ਵਿਜ਼ਨ ਦੇ ਵਿੱਚ ਚੱਲੇਗਾ। ਮੈਂ ਪਿਰਾਮਿਡ ਈ ਸਰਵਿਸਿਜ਼ ਦਾ ਸੰਚਾਲਕ ਹਾਂ, ਇਮੀਗ੍ਰੇਸ਼ਨ ਕੰਪਨੀ ਦਾ ਸੰਚਾਲਕ ਹਾਂ, ਉਹੀ ਕੰਮ ਕਰਦਾ ਰਹਾਂਗਾ, ਇਮੀਗ੍ਰੇਸ਼ਨ ਲਈ ਬੱਚਿਆਂ ਲਈ ਮਦਦ ਕਰਦਾ ਰਹਾਂਗਾ, ਪਰ ਕਾਲਜ ਮੇਰੇ ਜੋ ਕਿ ਫਾਦਰ ਸਾਹਿਬ ਜਿਨ੍ਹਾਂ ਨੂੰ 38 ਸਾਲ ਦਾ ਐਕਸਪੀਰੀਅੰਸ ਹੈ, ਉਹਨਾਂ ਦੀ ਦੇਖ ਰੇਖ 'ਚ ਚੱਲੇਗਾ। ਪਰ ਫੋਰਨ ਜਿਹੜੇ ਟਾਈ ਅਪ ਹੈ, ਫੋਰਨ ਯੂਨੀਵਰਸਿਟੀਜ਼ ਦੇ ਜਿਹੜੇ ਟਾਈ ਅਪ ਹੈ, ਮੈਂ ਕਾਲਜ ਦੀ ਜ਼ਰੂਰ ਮਦਦ ਕਰਦਾ ਰਹਾਂਗਾ ਟਾਈਮ ਟੂ ਟਾਈਮ, ਤਾਂ ਕਿ ਜਿਹੜੇ ਸਾਡੇ ਕਾਲਜ ਵਿੱਚ ਬੱਚੇ ਪੜ੍ਹਨ ਆਉਣਗੇ MBA, BBA, BCA, BCOM, ਉਹ ਬੱਚਿਆਂ ਨੂੰ ਫੋਰਨ ਇੰਟਰਨਸ਼ਿਪਸ ਮਿਲਦੀਆਂ ਰਹਿਣ। ਹੁਣ ਇੱਕ ਨਵੀਂ ਆਪਾਂ ਚੀਜ਼ ਪੇਸ਼ ਕਰਨ ਜਾ ਰਹੇ ਹਾਂ ਕਾਲਜ ਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਹਾਂ ਇੰਡੀਆ ਕੈਨੇਡਾ ਸਟੱਡੀ ਟ੍ਰਾਂਸਫਰ ਪ੍ਰੋਗਰਾਮ। ਸੋ ਇੰਡੀਆ ਕੈਨੇਡਾ ਸਟੱਡੀ ਟ੍ਰਾਂਸਫਰ ਪ੍ਰੋਗਰਾਮ ਅਧੀਨ ਬੱਚਾ 2 ਸਾਲ ਪੜ੍ਹੇਗਾ ਪਿਰਾਮਿਡ ਕਾਲਜ ਵਿੱਚ ਔਰ 3ਰਾ ਸਾਲ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਵਿੱਚ ਪੜ੍ਹਨ ਜਾਏਗਾ, ਜਿਸ ਤੋਂ ਬਾਅਦ 2 ਸਾਲ ਉਹ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਕੈਨੇਡਾ ਵਿੱਚ ਪੜ੍ਹੇਗਾ ਅਤੇ ਉਹਨੂੰ 4 ਸਾਲ ਦੀ ਡਿਗਰੀ ਮਿਲ ਜਾਏਗੀ। 4 ਸਾਲ ਦੀ ਡਿਗਰੀ ਮਿਲੇਗੀ, 3 ਸਾਲ ਦਾ ਵਰਕ ਪਰਮਿਟ ਮਿਲੇਗਾ ਅਤੇ 1 ਸਾਲ ਕੰਮ ਕਰਨ ਤੋਂ ਬਾਅਦ PR ਮਿਲੇਗਾ। ਸੋ ਜਿੱਥੇ 1 ਸਾਲ ਦਾ ਖਰਚਾ ਕੈਨੇਡਾ ਵਿੱਚ ਪੜ੍ਹਨ ਦਾ $25,000 ਹੈ, ਉੱਥੇ ਪਿਰਾਮਿਡ ਕਾਲਜ ਵਿੱਚ ਪੜ੍ਹ ਕੇ ਉਹ 2 ਸਾਲਾਂ ਵਿੱਚ ਰਫਲੀ $40,000 to $45,000 ਸੇਵ ਕਰ ਸਕਦਾ ਹੈ। ਸੋ 50%, 75% ਦੀ ਬੱਚਤ ਨਹੀਂ ਹੈ, 90% ਦੀ ਬੱਚਤ ਹੈ। ਆਪਾਂ ਆਪਣੇ ਬੱਚਿਆਂ ਨੂੰ 2 ਸਾਲ ਦਾ ਡਿਪਲੋਮਾ ਕਰਨ ਲਈ ਭੇਜੀਦਾ ਹੈ, ਹੁਣ ਭੇਜਾਂਗੇ, 2 ਸਾਲ ਹੀ ਪੜ੍ਹੂਗਾ ਪਰ ਮਿਲੂਗੀ ਕੈਨੇਡੀਅਨ ਡਿਗਰੀ, ਮਿਲੂਗੀ ਵਾਈਟ ਕਾਲਰ ਜੌਬ, ਮਿਲੂਗੀ $40,000-$50,000 ਦੀ ਨੌਕਰੀ ਕੈਨੇਡਾ ਦੇ ਵਿੱਚ। ਸੋ 2 ਸਾਲ ਪਿਰਾਮਿਡ ਕਾਲਜ ਵਿੱਚ ਪੜ੍ਹਾਈ ਹੋਏਗੀ ਅਤੇ 2 ਸਾਲ ਪੜ੍ਹਾਈ ਹੋਏਗੀ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਵਿੱਚ। ਖਾਸ ਗੱਲ ਕੀ ਹੈ ਕਿ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ ਨਾਲ ਨਾਲ ਆਪਾਂ ਉਹਨੂੰ PTU ਦੀ ਪੜ੍ਹਾਈ ਵੀ ਕਰਾਵਾਂਗੇ। ਰੱਬ ਨਾ ਕਰੇ ਜੇ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ ਅਤੇ ਆਖਰੀ 3ਰਾ ਸਾਲ ਲਗਾ ਕੇ ਉਹ ਆਪਣੀ ਇੱਕ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਡਿਗਰੀ ਵੀ ਹਾਸਲ ਕਰ ਪਾਏਗਾ। ਸੋ ਇਹ ਖਾਸ ਗੱਲ ਰਹੇਗੀ ਸਾਡੇ ਪ੍ਰੋਗਰਾਮ ਦੀ, ਤਾਂ ਹੀ ਆਪਾਂ ਨਾਮ ਦਿੱਤਾ ਹੈ ਇੰਡੀਆ ਕੈਨੇਡਾ ਸਟੱਡੀ ਟ੍ਰਾਂਸਫਰ ਪ੍ਰੋਗਰਾਮ, ਵਿੱਚ ਮੀਨਜ਼ 2 ਸਾਲ ਸਾਡੇ ਕੋਲ, 2 ਸਾਲ ਕੈਨੇਡਾ ਦੀ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ ਕੋਲ। ਸਾਡਾ ਉਹਨਾਂ ਦੇ ਨਾਲ MOU ਸਾਈਨ ਹੋ ਚੁੱਕਾ ਹੈ, ਉਹਨਾਂ ਦੀ ਫੈਕਲਟੀ ਕੈਨੇਡਾ ਤੋਂ ਚੱਲ ਕੇ ਸਾਡੇ ਕਾਲਜ ਵਿੱਚ ਆਊਗੀ, ਸਾਡੇ ਬੱਚੇ ਉੱਥੇ ਇੱਕ ਇੰਟਰਨਸ਼ਿਪ ਪ੍ਰੋਗਰਾਮ ਲਗਾਉਣ ਜਾਇਆ ਕਰਨਗੇ, ਰਿਸਰਚ ਸਾਂਝੀ ਕੀਤੀ ਜਾਏਗੀ। ਸੋ ਉੱਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਸੋ ਜਿਹੜੇ ਬੱਚੇ ਪੰਜਾਬ ਵਿੱਚ, ਜਲੰਧਰ ਵਿੱਚ, ਫਗਵਾੜੇ ਵਿੱਚ ਪੜ੍ਹਨਾ ਚਾਹੁੰਦੇ ਹੈ, ਹਿੰਦੁਸਤਾਨ ਵਿੱਚ ਰਹਿ ਕੇ ਡਿਗਰੀ ਕਰਨਾ ਚਾਹੁੰਦੇ ਹੈ ਪਰ ਫੋਰਨ ਐਕਸਪੀਰੀਅੰਸ ਚਾਹੁੰਦੇ ਹੈ, ਇੰਟਰਨੈਸ਼ਨਲ ਐਕਸਪੋਜ਼ਰ ਚਾਹੁੰਦੇ ਹੈ, ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਤੁਹਾਨੂੰ ਸਾਰਿਆਂ ਨੂੰ ਨਿਯੋਤਾ ਦੇ ਰਿਹਾ ਹੈ, ਆ ਕੇ ਹਿੰਦੁਸਤਾਨ ਵਿੱਚ ਪੜ੍ਹਾਈ ਕਰਕੇ ਇੱਕ ਚੰਗਾ ਭਵਿੱਖ ਬਣਾਉਣ ਦਾ ਮੌਕਾ ਦੇ ਰਿਹਾ ਹੈ। ਪੜ੍ਹਾਈ ਤੋਂ ਬਾਅਦ ਹਿੰਦੁਸਤਾਨ ਵਿੱਚ ਨੌਕਰੀਆਂ ਤਾਂ ਮਿਲਣਗੀਆਂ ਹੀ ਮਿਲਣਗੀਆਂ, ਵਿਦੇਸ਼ ਜਾਣ ਦੇ ਮੌਕੇ ਵੀ ਹੋਰ ਵਧਣਗੇ, ਖਰਚੇ ਵੀ ਬਚਣਗੇ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਕਾਲਜ ਬਾਰੇ ਪੁੱਛਣਾ ਚਾਹੁੰਦੇ ਹੋ, ਨੰਬਰ ਸਕਰੋਲ ਕੀਤੇ ਜਾ ਰਹੇ ਨੇ, ਨੰਬਰ ਨਹੀਂ ਲੱਗਦਾ ਮੈਸੇਜ ਛੱਡਿਆ ਜਾ ਸਕਦਾ, ਪਰਸਨਲੀ ਵਿਜ਼ਿਟ ਕਰਕੇ ਵੀ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਲਈ ਜਾ ਸਕਦੀ। ਸੋ ਇੱਕ ਜਿਹੜਾ 30 ਮਿੰਟ ਦਾ ਸਮਾਂ ਹੁੰਦਾ ਹੈ ਉਸਦੇ ਦਾਇਰੇ ਵਿੱਚ ਰਹਿ ਕੇ ਅਸੀਂ ਚਰਚਾ ਕਰ ਸਕਦੇ ਹਾਂ, ਪਰ ਤੁਹਾਡੇ ਲਈ ਸਮੇਂ ਦੀ ਕੋਈ ਲਿਮਿਟੇਸ਼ਨ ਨਹੀਂ, ਤੁਸੀਂ 24 ਘੰਟੇ ਕਿਸੇ ਵੀ ਵੇਲੇ ਸੰਪਰਕ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਬੀਤੀ ਜੀ ਅੱਜ ਸ਼ੋਅ ਵਿੱਚ ਆਉਂਦੇ। ਲਾਸਟ ਬਟ ਨੋਟ ਦ ਲੀਸਟ, ਮੈਂ ਦੁਬਾਰਾ ਤੋਂ ਇਨਵਾਈਟ ਕਰ ਰਿਹਾ, ਇਸ ਵਾਰੀ ਵੱਖਰੇ ਸ਼ਹਿਰਾਂ ਵਿੱਚ ਜਾ ਰਹੇ ਹਾਂ, ਗੁਰੂ ਦੀ ਨਗਰੀ 22
22 ਤਰੀਕ ਨੂੰ ਆਪਾਂ ਅੰਮ੍ਰਿਤਸਰ ਅਵੇਲੇਬਲ ਹੋਵਾਂਗੇ ਸਵੇਰੇ 9:30 ਵਜੇ ਤੋਂ ਲੈ ਕੇ 5 ਵਜੇ ਤੱਕ। ਸਾਨੂੰ ਉਮੀਦ ਹੈ ਕਿ ਬੱਚੇ ਵੱਧ ਚੜ੍ਹ ਕੇ ਇਸ ਸੈਮੀਨਾਰ ਦਾ ਫਾਇਦਾ ਚੱਕਣਗੇ। ਕੈਨੇਡਾ, USA, ਨਿਊਜ਼ੀਲੈਂਡ, ਆਸਟ੍ਰੇਲੀਆ, ਸਿੰਗਾਪੁਰ, ਸਾਈਪ੍ਰਸ, ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਤੋ 22 ਨੂੰ ਸੈਮੀਨਾਰ ਹੋਣ ਜਾ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ, 23 ਨੂੰ ਸੈਮੀਨਾਰ ਹੋਣ ਜਾ ਰਿਹਾ ਹੈ ਬਠਿੰਡੇ ਦੇ ਵਿੱਚ ਅਤੇ 24 ਨੂੰ ਸੈਮੀਨਾਰ ਹੋਣ ਜਾ ਰਿਹਾ ਹੈ ਪਟਿਆਲੇ ਵਿੱਚ। ਸੋ 22 ਅੰਮ੍ਰਿਤਸਰ, 23 ਬਠਿੰਡਾ ਅਤੇ 24 ਪਟਿਆਲਾ। ਜੇ ਤੁਸੀਂ ਕੈਨੇਡਾ, ਨਿਊਜ਼ੀਲੈਂਡ, USA, ਆਸਟ੍ਰੇਲੀਆ, ਸਿੰਗਾਪੁਰ, ਸਾਈਪ੍ਰਸ ਜਾਣਾ ਚਾਹੁੰਦੇ ਹੋ ਤਾਂ ਇਸ ਸੈਮੀਨਾਰ ਦਾ ਹਿੱਸਾ ਜ਼ਰੂਰ ਬਣੋ। ਸੋ ਪ੍ਰੋਗਰਾਮ ਨੂੰ ਇੱਥੇ ਖਤਮ ਕਰਦੇ ਹਾਂ। ਆਪਣੇ ਦੋਸਤ ਕੁਲਦੀਪ ਨੂੰ ਦਿਓ ਆਗਿਆ। ਧੰਨਵਾਦ, ਸ਼ੁਕਰੀਆ।